ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਸਾਰਿਆਂ ਦੇ ਤੇ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪਾਰਟ ਨੰਬਰ 2 ਪਾਰਟ ਨੰਬਰ 2 ਕਰਨ ਜਾ ਰਹੇ ਹਾਂ ਆਪਾਂ ਕਿਹਦਾ ਦੂਰੀ ਸ਼ਰੀ ਦਾ ਸੁਪਰੀਮ ਕੋਰਟ ਪਲੱਸ ਹਾਈ ਕੋਰਟ ਇਹਦਾ ਇੱਕ ਲੈਕਚਰ ਸੋਭਾ ਲੱਗ ਚੁੱਕਿਆ ਇੱਕ ਲੈਕਚਰ ਹੁਣ ਲਾਤਾ ਉਹ ਚੱਕਰ ਕੀ ਪੈ ਗਿਆ ਚੱਕਰੇ ਪੈ ਗਿਆ ਮੈਨੂੰ ਤਾਂ ਅੱਜ ਥੋੜਾ ਜਿਹਾ ਪੈ ਗਿਆ ਸੀ ਕੰਮ ਤਾਂ ਕਰਕੇ ਫਿਰ ਮੈਂ ਕਿਹਾ ਤੇ ਲੈਹੀ ਲੈਕਚਰ ਇੱਕ ਹੋਰ ਲਾ ਦਨੇ ਆਪਾਂ ਇਹਦਾ ਕਿਉਂਕਿ ਇਹਦਾ ਡਾਟਾ ਤਿਆਰ ਸੀ ਤੇ ਕੱਲ ਨੂੰ ਤੁਹਾਨੂੰ ਬਾਈ ਦੋ ਲੈਕਚਰ ਪੰਜਾਬੀ ਦੇ ਇੱਕ ਲੈਕਚਰ ਇੰਗਲਿਸ਼ ਦਾ ਤੇ ਦੋ ਲੈਕਚਰ ਜੀਕੇ ਦੇ ਟੈਸਟ ਦੇ ਮਿਲ ਜਾਣਗੇ ਗੱਲ ਉਹ ਤੁਹਾਨੂੰ ਠੀਕ ਹੈ ਤੇ ਇੱਕ ਮੈਥ ਦਾ ਤੇ ਰੀਜ਼ਨਿੰਗ ਦਾ ਕਲੌਕ ਬਲਾਵਾਂਗੇ ਆਪਾਂ ਗੱਲ ਉਹ ਕਲੌਕ ਨੂੰ ਬਹੁਤ ਟਾਈਮ ਹੋ ਗਿਆ ਕਹਿੰਦੇ ਹੁਣ ਕਿ ਕਲੌਕ ਕਹਿੰਦੇ ਕਹਿੰਦੇ ਕਿੰਨਾ ਟੈਕਟ ਪਾਤਾ ਹੈ ਨਾ ਕਈ ਤਾਂ ਸੌਖੀ ਜਿਹੀ ਕਲੌਕ ਕਰੋ ਕੋਈ ਚੱਕਰ ਨਹੀਂ ਹੈਗਾ ਥੋੜੀ ਟਾਈਮ ਦੀ ਸੈਟਿੰਗ ਨਹੀਂ ਬੈਠੀ ਕੱਲ ਮੈਂ ਇੰਗਲਿਸ਼ ਦਾ ਲਾਵਾਂਗੇ ਭਾਈ ਸ਼ੁਰੂ ਆਪਾਂ ਕਰਾਂਗੇ ਇੰਗਲਿਸ਼ ਦਾ ਤੇ ਨਾਲੇ ਤੁਹਾਨੂੰ ਕੋਲ ਪੈਟਰਨ ਸਮਝਾਉਂਗੀ ਇੰਗਲਿਸ਼ ਆਪਾਂ ਕਿਹੜੇ ਹਿਸਾਬ ਤੇ ਕਰਨੀ ਹੈ ਕਿਹੜੇ ਹਿਸਾਬ ਤੇ ਨਹੀਂ ਕਰਨੀ ਤੇ ਵੀਡੀਓ ਸ਼ੁਰੂ ਕਰਾਂ ਤੋਂ ਪਹਿਲਾਂ ਲਾਈਕ ਕਰ ਦਿਓ ਭਾਈ ਨਹੀਂ ਫਿਰ ਮੱਗਰ ਨੂੰ ਕਹਿ ਕੇ ਤਾਂ ਤੋਂ ਲਾਈਕ ਕਰਾ ਵੀ ਲੈਣੇ ਆ ਓਕੇ ਤੇ ਲੈਕਚਰ ਭਾਈ ਆਪਣਾ ਸ਼ੁਰੂ ਹੋ ਗਿਆ ਤੇ ਦੇਖੋ ਪਾਵਰ ਆਫ ਇੰਡੀਅਨ ਸੁਪਰੀਮ ਕੋਰਟ ਪਾਵਰ ਆਫ ਇੰਡੀਅਨ ਸੁਪਰੀਮ ਕੋਰਟ ਜਿਹੜੀ ਆਪਣੀ ਸੁਪਰੀਮ ਕੋਰਟ ਆ ਭਾਈ ਉਹਨੀਆਂ ਪਾਵਰਾਂ ਦੱਸ ਦਮਤੋਂ ਕੀ ਕੀ ਪਾਵਰ ਆ ਸਾਰੇ ਘਾਸੇ ਨਹੀਂ ਹੁੰਦਾਂ ਨੇ ਆ ਦੇਖੋ ਪਹਿਲੀ ਪਾਵਰ ਕੀ ਆ ਉਹਦੀ ਇਟਿਜ਼ ਲਿਮਟਡ ਟਿਲ ਜੁਨੀਅਰ ਜੁਡੀਸ਼ਰੀ ਕਹਿੰਦਾ ਮਤਲਬ ਕਿ ਇਹ ਦੇ ਸੁਪਰੀਮ ਕੋਰਟ ਆ ਇਹ ਸਿਰਫ ਫੈਸਲੇ ਸੁਣਾ ਸਕਦੀ ਹੈ ਸਮਝ ਗੱਲ ਕਰਕੇ ਫੈਸਲੇ ਸੁਣਾ ਸਕਦੀ ਹੈ ਇਹਦਾ ਕੰਮ ਇਹ ਨਹੀਂ ਹੈਗਾ ਕਿ ਕਿਤੇ ਜਾ ਕੇ ਇਹ 2000 ਕਿੱਥਾਂ ਨੂੰ ਗਿਆ ਜਾ ਕੇ ਇਹ ਬੰਦੇ ਨੂੰ ਬੂਟੇ ਲਵਾ ਲਵਾਏ ਹੁਣ ਜੱਜ ਜਾ ਕੇ ਹਨਾ ਦੋ ਤਿੰਨ ਜਣਿਆਂ ਨੂੰ ਕਹੇ ਸਮਾਜ ਭਲੇ ਦੇ ਕੰਮ ਕਰਿਆ ਹੁਣ ਜਾਂ ਵੋਟਾਂ ਮੰਗਣ ਤੁਰਪਣਾ ਉਹ ਕੰਮ ਨਹੀਂ ਹੈਗਾ ਇਹਨਾਂ ਦਾ ਕੰਮ ਸਿਰਫ ਹੈਗਾ ਚੁਣੀ ਜੁਡੀਸ਼ਰੀ ਦਾ ਨਿਆਂ ਦੇਣਾ ਲੋਕਾਂ ਨੂੰ ਇਹਨਾਂ ਦਾ ਕੰਮ ਸਿਰਫ ਇਹ ਹੈ ਨੰਬਰ 2 ਤੇ ਸੁਪਰੀਮ ਕੋਰਟ ਦਾ ਦੂਸਰਾ ਕੰਮ ਕੀ ਹੈ ਪਬਲਿਕ ਰਾਈਟ ਜਿਹੜੇ ਆਪਣੇ ਪਬਲਿਕ ਆ ਉਹਦੇ ਹੱਕ ਐਂਡ ਕ੍ਰਿਮੀਨਲ ਮੈਟਰ ਇਨਕਲੂਡਡ ਇਨ ਅਪੀਲਿੰਗ ਜੁਡੀਸ਼ਰੀ ਦੂਸਰਾ ਕੰਮ ਸੁਪਰੀਮ ਕੋਰਟ ਦਾ ਕੀ ਹੈ ਸੁਪਰੀਮ ਕੋਰਟ ਦਾ ਦੂਸਰਾ ਕੰਮ ਇਹ ਹੈ ਕਿ ਜਿਹੜੇ ਆਪਣੇ ਹਿੱਤ ਹੈ ਆਪਣੇ ਹੱਕ ਹੈ ਆਮ ਲੋਕਾਂ ਦੇ ਜਿਹੜੇ ਹੱਕ ਹੈਗੇ ਠੀਕ ਹੈ ਜਾਂ ਕੋਈ ਬੰਦਾ ਕ੍ਰਿਮੀਨਲ ਕੇਸ ਦੇ ਵਿੱਚ ਫੜਿਆ ਜਾਂਦਾ ਹੈ ਮਤਲਬ ਕਿਸੇ ਕੋਈ ਬੰਦਾ ਮਾਰਦਾ ਕੁੱਟਦਾ ਕੈਡਨੇਪਿੰਗ ਕਰ ਲਈ ਰੇਪ ਕਰਦਾ ਇਹ ਸਾਰੀਆਂ ਚੀਜ਼ਾਂ ਕ੍ਰਿਮੀਨਲ ਕੇ ਖੇਤਰ ਦੇ ਵਿੱਚ ਆ ਜਾਂਦੀਆਂ ਤੇ ਉਹਦੇ ਵਾਸਤੇ ਵੀ ਬੰਦਾ ਕੀ ਕਰ ਸਕਦਾ ਅਪੀਲ ਪਾ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਉਹਦਾ ਸੁਪਰੀਮ ਕੋਰਟ ਇਹ ਦੱਸਣਾ ਕਿ ਉਹ ਬੰਦਾ ਅ ਕੀ ਮਤਲਬ ਸਹੀ ਹੈ ਤਾਂ ਗਲਤ ਹੈ ਉਹ ਫੈਸਲਾ ਸੁਪਰੀਮ ਕੋਰਟ ਨੇ ਕਰਨਾ ਠੀਕ ਹੈ ਤੇ ਇਸ ਤੋਂ ਬਾਅਦ ਨੰਬਰ 3 ਤੇ ਯੂ ਕੈਨ ਅਪੀਲ ਐਨੀ ਕੇਸ ਕਹਿੰਦੇ ਆਪਾਂ ਕਿਸੇ ਵੀ ਕੇਸ ਵਾਸਤੇ ਕੀ ਕਰ ਸਕਦੇ ਆ ਅਪੀਲ ਕਰ ਸਕਦੇ ਆ ਕਿੱਥੇ ਸੁਪਰੀਮ ਕੋਰਟ ਦੇ ਵਿੱਚ ਓਕੇ ਐਕਸੈਪਟ ਡਿਫਰੈਂਸ ਮੀਟਰ ਡਿਫਰੈਂਸ ਮੀਟਰ ਨੂੰ ਛੱਡ ਕੇ ਡਿਫਰੈਂਸ ਮੀਟਰ ਕਿਹੜਾ ਹੁੰਦਾ ਫੌਜ ਵਾਲਾ ਫੌਜ ਦੇ ਮੀਟਰ ਨੂੰ ਛੱਡ ਕੇ ਆਪਾਂ ਕੋਈ ਵੀ ਜਿਹੜਾ ਕੇਸ ਹੈ ਉਹ ਆਪਾਂ ਸੁਪਰੀਮ ਕੋਰਟ ਦੇ ਵਿੱਚ ਪਾ ਸਕਦੇ ਆ ਡਿਫਰੈਂਸ ਕੇਸ ਕਿਉਂ ਨਹੀਂ ਪਾ ਸਕਦੇ ਡਿਫਰੈਂਸ ਕੇਸ ਤਾਂ ਹੀ ਪਾ ਸਕਦੇ ਕਿਉਂਕਿ ਡਿਫਰੈਂਸ ਫੌਜ ਨਾਲ ਰਿਲੇਟਡ ਕੋਈ ਬੰਦਾ ਕੋਈ ਕਪੜਾ ਕਰਦਾ ਕੋਈ ਬੰਦਾ ਕੋਈ ਦੇਸ਼ਦਰੋ ਕਰਦਾ ਕੋਈ ਬੰਦਾ ਕਿਸੇ ਨੂੰ ਕੋਈ ਚੀਜ਼ ਸਪਲਾਈ ਕਰਦਾ ਠੀਕ ਹੈ ਜਿਹੜਾ ਵੀ ਕੋਈ ਪਰਚਾ ਪੈਂਦਾਗਾ ਉਹ ਫੌਜ ਹੈ ਜਿਹੜੀ ਉਹਨਾਂ ਦੀ ਆਪ ਦੀ ਇੱਕ ਅਲੱਗ ਅਦਾਲਤ ਹੁੰਦੀ ਆ ਉਹਦੇ ਵਿੱਚ ਹੀ ਉਹਦਾ ਫੈਸਲਾ ਕਰਨਗੇ ਓਕੇ ਇਟ ਵਰਕ ਲਾਈਕ ਅ ਡਵਾਈਜ਼ਰ ਜਿਹੜੀ ਇਹ ਸੁਪਰੀਮ ਕੋਰਟ ਹੈ ਇੱਕ ਸਲਾਹਕਾਰ ਦੀ ਤਰ੍ਹਾਂ ਵੀ ਕੰਮ ਕਰਦੀ ਆ ਕਹਿੰਦਾ ਮਤਲਬ ਕੀ ਜਿਹੜੀ ਅ ਸੁਪਰੀਮ ਕੋਰਟ ਹੈ ਇਹ ਹੇਠਲੇ ਕੋਰਟਾਂ ਨੂੰ ਵੀ ਸਲਾਹ ਦੇ ਸਕਦੀ ਹੈ ਠੀਕ ਹੈ ਮਤਲਬ ਜਿਹੜਾ ਇਹ ਹੇਠਲੇ ਕੋਰਟਾਂ ਕਿਸੇ ਦਾ ਕੋਈ ਮਸਲਾ ਕਿਸੇ ਦਾ ਕੋਈ ਮਸਲਾ ਬੜਾ ਵਿਗੜ ਗਿਆ ਠੀਕ ਹੈ ਮੰਨ ਲਓ ਅ ਹਾਈ ਕੋਰਟ ਕੋਲ ਇੱਕ ਕੇਸ ਆ ਗਿਆ ਉਹ ਜਿਹੜਾ ਕੇਸ ਸੀ ਹਾਈ ਕੋਰਟ ਦੇ ਕੋਲੇ ਆਇਆ ਸੀ ਉਹ ਬੜਾ ਵੱਧ ਗਿਆ ਠੀਕ ਹੈ ਬਹੁਤ ਜ਼ਿਆਦਾ ਵੱਧ ਗਿਆ ਜਾਂ ਮਤਲਬ ਉਹਦਾ ਹੀ ਖੇਤਰ ਤੋਂ ਬਾਹਰ ਹੋ ਗਿਆ ਤਾਂ ਉੱਥੇ ਜਿਹੜੀ ਇਹ ਹੈਗੀ ਆਪਣੀ ਹਾਈ ਸੁਪਰੀਮ ਕੋਰਟ ਹੈ ਜੀ ਸਭ ਤੋਂ ਵੱਡੀ ਕੋਰਟ ਹੈ ਤੇ ਜਿਹੜੀ ਕਿ ਆਪਣੇ ਇੰਡੀਆ ਦੇ ਵਿੱਚ ਇੱਕ ਹੀ ਹੈਗੀ ਠੀਕ ਹੈ ਤੇ ਜਿਹੜੀ ਉਹ ਕੋਰਟ ਹੈ ਉਹ ਆਪਣੀ ਸਲਾਹ ਦੇ ਸਕਦੇਗੇ ਵੀ ਤੁਸੀਂ ਇੱਥੋਂ ਐ ਕਰਕੇ ਐ ਕਰ ਸਕਦੇ ਹੋ ਓਕੇ ਇੱਥੋਂ ਐ ਕਰਕੇ ਐ ਕਰ ਸਕਦੇ ਹੋ ਕਿ ਤੁਸੀਂ ਇੱਥੋਂ ਇਸ ਤਰ੍ਹਾਂ ਕਰੋ ਤੁਸੀਂ ਉਸ ਤਰ੍ਹਾਂ ਕਰੋ ਮੈਂ ਤਾਂ ਸਲਾਹ ਦੇ ਸਕਦੀ ਆ ਪਰ ਜਿਹੜੀ ਕਿ ਹਾਈ ਕੋਰਟ ਆ ਉਹ ਸੁਪਰੀਮ ਕੋਰਟ ਨੂੰ ਸਲਾਹ ਨਹੀਂ ਦੇ ਸਕਦੀ ਠੀਕ ਹੈ ਉਹਦੇ ਕੋਲ ਅਥਾਰਟੀ ਨਹੀਂ ਹੈਗੀ ਕਿ ਉਹ ਸੁਪਰੀਮ ਕੋਰਟ ਨੂੰ ਸਲਾਹ ਦੇ ਸਕੇ ਕਿਉਂਕਿ ਸੁਪਰੀਮ ਕੋਰਟ ਬਹੁਤ ਵੱਡੇ ਲੈਵਲ ਤੇ ਆ ਕੇ ਓਕੇ ਜੀ ਇਸ ਤੋਂ ਬਾਅਦ ਇਟ ਪ੍ਰੋਟੈਕਟ ਫੰਡਾਮੈਂਟਲ ਰਾਈਟ ਜਿਹੜੇ ਆਪਣੇ ਮੌਲਿਕ ਅਧਿਕਾਰ ਆ ਠੀਕ ਹੈ ਉਹਨਾਂ ਨੂੰ ਵੀ ਕੀ ਕਰਦੀ ਹੈ ਇਹ ਪ੍ਰੋਟੈਕਟ ਕਰਦੀ ਹੈ ਉਹਨਾਂ ਦੀ ਰੱਖਿਆ ਕਰਦੀ ਹੈ ਕੌਣ ਸੁਪਰੀਮ ਕੋਰਟ ਫੰਡਾਮੈਂਟਲ ਰਾਈਟਰ ਨੂੰ ਲੈ ਕੇ ਫੰਡਾਮੈਂਟਲ ਰਾਈਟਰ ਨੂੰ ਲੈ ਕੇ ਆਪਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਨਾਂ ਦੇ ਵਿੱਚ ਰਿਕਟ ਦਾਇਰ ਕਰ ਸਕਦੇ ਆ ਓਕੇ ਜੀ ਦੋਨਾਂ ਦੇ ਵਿੱਚ ਰਿਕਟ ਦਾਇਰ ਕਰ ਸਕਦੇ ਇਹ ਨਹੀਂ ਹੈਗਾ ਕਿ ਅੱਲੇ ਵਸ ਸੁਪਰੀਮ ਕੋਰਟ ਦੇ ਵਿੱਚ ਪਾ ਸਕਦੇ ਆ ਕੇਸ ਹਾਈ ਕੋਰਟ ਦੇ ਵਿੱਚ ਵੀ ਕੇਸ ਪਾ ਸਕਦੇ ਆ ਇਟ ਮੋਨਿਟਰ ਹਾਈ ਕੋਰਟ ਜਿਹੜਾ ਹਾਈ ਕੋਰਟ ਹੈ ਇਹ ਇੱਕ ਮੋਨਿਟਰ ਦੀ ਤਰ੍ਹਾਂ ਕੰਮ ਕਰਦਾ ਹੈ ਠੀਕ ਹੈ ਬੱਸ ਇਹ ਹੀ ਜਿਹੜੀਆਂ ਪਾਵਰ ਆ ਭਾਈ ਪਾਵਨਾ ਜਾਣਕਾਰਾਂ ਦੀ ਲੋੜ ਨਹੀਂ ਕਿਉਂਕਿ ਪਾਵਨਾ ਦਾ ਸਿਰਫ ਸਮਝਾਉਂਦਾ ਹੁੰਦਾ ਕੀ ਬਰੀ ਪਤਾ ਹੀ ਨਹੀਂ ਹੁੰਦਾ ਉਹਨਾਂ ਨੇ ਕਿੱਥੋਂ ਜਾ ਕੇ ਪ੍ਰੈਸ਼ਨ ਪਾਉਣਾਗਾ ਪੇਪਰ ਵਾਲੇ ਨੇ ਠੀਕ ਹੈ ਤੇ ਕੱਲ ਨੂੰ ਤੁਹਾਨੂੰ ਮੈਂ ਦੱਸੂਗਾ ਕਿ ਜਿਹੜੀ ਤੁਸੀਂ ਕੌਨਸਟੇਬਲ ਦੀ ਤਿਆਰੀ ਕਰਨੀ ਹੈ ਪੰਜਾਬ ਪੁਲਿਸ ਦੀ ਉਹ ਕਿਹੜੇ ਢੰਗ ਨਾਲ ਕਰਨੀ ਆ ਜਿਹੜੀ ਢੰਗ ਨਾਲ ਮੈਂ ਤੁਹਾਨੂੰ ਕੱਲ ਨੂੰ ਵੀਡੀਓ ਬਣਾਉਂਗਾ 100% ਤੇ ਜਿਹੜੀ ਉਹ ਵੀਡੀਓ ਬਣਾਉਂਗੀ ਉਹਦੇ ਹਿਸਾਬ ਤੇ ਤੁਸੀਂ ਸਟੱਡੀ ਕਰ ਲਓ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰਾਂ ਲਿਖ ਕੇ ਇਹ ਤੁਹਾਡਾ ਪੇਪਰ ਨਾਲ ਕਲੀਅਰ ਹੋਵੇ ਠੀਕ ਹੈ ਉਸ ਤਰ੍ਹਾਂ ਤੇ ਸਟੱਡੀ ਕਰਨੀ ਤੁਸੀਂ ਓਨਲੀ ਹੋ ਠੀਕ ਹੈ ਤੇ ਨੜੇ ਜਿਹੜੇ ਜੇਲ ਮਾਰਡਰ ਵਾਲਿਆ ਉਹਨਾਂ ਦੇ ਵਿੱਚ ਪੈਟਰਨ ਬਣਾਉਂਗਾ ਤੇ ਜਿਹੜੇ ਪੰਜਾਬ ਪੁਲਿਸ ਵਾਲਿਆ ਤੇ ਉਹਨਾਂ ਦੇ ਵਿੱਚ ਪੈਟਰਨ ਬਣਾਉਂਗਾ ਠੀਕ ਹੈ ਉਹ ਤੁਸੀਂ ਧਿਆਨ ਨਾਲ ਦੇਖ ਲਓ ਸਾਰੇ ਇਸ ਤੋਂ ਬਾਅਦ ਆਦਰ ਪਾਵਰ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਦੀਆਂ ਹੋਰ ਕਿਹੜੀਆਂ-ਕਿਹੜੀਆਂ ਪਾਵਰਾਂ ਹੈਗੀਆਂ ਉਹ ਦੇਖੋ ਆ ਪਈ ਹੈਗੀਆਂ ਸੁਪਰੀਮ ਕੋਰਟ ਦੀਆਂ ਪਾਵਰਾਂ ਸਭ ਤੋਂ ਪਹਿਲੀ ਗੱਲ ਆ ਗਈ origional judiciary origional judiciary ਪ੍ਰਸ਼ਨ ਪੁੱਛ ਸਕਦੇ ਆ what is union ਓਰੀਜਨਲ ਜੁਡੀਸ਼ਰੀ ਕੀ ਹੁੰਦੀ ਹੈ ਓਰੀਜਨਲ ਜੁਡੀਸ਼ਰੀ ਇਹ ਇੰਗਲਿਸ਼ ਚ ਯਾਦ ਕਰਨਾ ਪਊਗਾ ਤੁਹਾਨੂੰ ਦੇਖੋ ਮੰਨ ਲਓ ਕੋਈ ਕੇਸ ਹੈਗਾ ਜਿਹੜਾ ਕਿ ਬਹੁਤ ਵੱਡੇ ਲੈਵਲ ਤੇ ਹੋ ਗਿਆ ਸਮਝ ਕੇ ਮੰਨ ਲਓ ਕਿ ਕੇਸ ਹੈ ਜਿਹੜਾ ਕਿ ਬਹੁਤ ਵੱਡੇ ਲੈਵਲ ਤੇ ਹੋ ਗਿਆ ਜਿਵੇਂ ਕਿ ਰਾਮ ਮੰਦਰ ਦਾ ਮਾਮਲਾ ਨਹੀਂ ਸੀ ਰਾਮ ਮੰਦਰ ਦਾ ਮਾਮਲਾ ਸੀ ਬਹੁਤ ਵੱਡਾ ਮਾਮਲਾ ਸੀ ਰਾਮ ਮੰਦਰ ਦਾ ਜਿੱਥੇ ਦੇਸ਼ ਦੀ ਗੱਲ ਆ ਜੀ ਜਿਵੇਂ ਹੁਣ ਕਿਸਾਨੀ ਦਾ ਮੁੱਦਾ ਹੈਗਾ ਕਿਸਾਨ ਧਰਨੇ ਦੇ ਬੈਠਿਆ ਕਿਸਾਨੀ ਦਾ ਮੁੱਦਾ ਹੈਗਾ ਠੀਕ ਹੈ ਤੇ ਇਹ ਜਿਹੜੇ ਕਿਸਾਨੀ ਦੇ ਮੁੱਦੇ ਆ ਗਏ ਪੁੱਤੋ ਇਹ ਵੀ ਕਰਿਆ ਰਿਲੇਟਡ ਆ ਗਏ ਇੱਕ ਦੇਸ਼ ਦੇ ਲੈਵਲ ਦਾ ਦੇ ਸੰਬੰਧਤ ਆ ਗਏ ਦੇਸ਼ ਦੇ ਵਿੱਚ سارے ਦੇਸ਼ ਦੇ ਵਿੱਚ ਜਿਹੜੀ ਗੱਲ ਉੱਡੀ ਹੁੰਦੀ ਹੈ ਜਾਂ ਜਿਹੜਾ ਮਾਮਲਾ ਸਾਰੇ ਦੇਸ਼ ਦਾ ਬਣ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਨਾ ਉਹ ਜਿਹੜੇ ਮਾਮਲੇ ਹੁੰਦੇ ਆ ਉਹ ਸਿਰਫ ਸਿੱਤੇ ਸਿਰਫ ਸੁਪਰੀਮ ਕੋਰਟ ਹੀ ਹੱਲ ਕਰ ਸਕਦੀ ਹੈ ਠੀਕ ਹੈ ਸਿਰਫ ਤੇ ਸਿਰਫ ਸੁਪਰੀਮ ਕੋਰਟ ਹੀ ਹੱਲ ਕਰ ਸਕਦੀ ਹੈ ਇੱਕ ਵਾਰੀ ਧਿਆਨ ਨਾਲ ਫੇਰ ਸੁਣੋ ਜਿਹੜੇ ਮਾਮਲੇ ਬਹੁਤ ਵੱਡੇ ਆ ਜਾਣ ਦੇਸ਼ ਦੇ ਦੇਸ਼ ਦੇ ਪੱਧਰ ਤੇ ਆ ਜਾਣ ਨਾ ਕਿ ਸਟੇਟ ਦੇ ਪੱਧਰ ਤੇ ਦੇਸ਼ ਦੇ ਜਿਵੇਂ ਆਪਣੇ ਬੈਰਵੜ ਕਲਾ ਗੋਲੀकांड ਹੋਇਆ ਸੀ ਮੁੱਦਾ ਤਾਂ ਇਹ ਬਹੁਤ ਵੱਡਾ ਸੀ ਪਰ ਹੈਗਾ ਸੀ ਇਹ ਪੰਜਾਬ ਲੈਵਲ ਤੇ ਓਕੇ ਤੇ ਜਿਹੜਾ ਮ ਖਸਾਨੀ ਦਾ ਮੁੱਦਾ ਦਾ ਹੈ ਤਾਂ ਇਹ ਇਹ ਹੈਗਾ ਦੇਸ਼ ਲੈਵਲ ਤੇ ਜਿਵੇਂ ਆਰਾਮ ਮੰਦਰ ਦਾ ਸੀ ਅਜੋਧਿਆ ਆਰਾਮ ਮੰਦਰ ਦਾ ਮਾਮਲਾ ਸੀ ਉਹ ਵੀ ਦੇਸ਼ ਪੱਧਰ ਤੇ ਸੀ ਠੀਕ ਹੈ ਜਿਹੜੇ ਦੇਸ਼ ਪੱਧਰ ਦੇ ਅੰਡਰ ਕੋਈ ਉਹ ਉਹ ਆ ਜਾਂਦੀ ਹੈ ਕੋਈ ਕੇਸ ਆ ਜਾਂਦਾ ਉਹਨੂੰ ਉਹਨੂੰ ਉਹ ਕਿਹੜੇ ਅੰਡਰ ਕਿਹੜੀ ਕੈਟਾਗਰੀ ਦੇ ਅੰਡਰ ਆ ਜਾਂਦਾ ਉਹ ਆ ਜਾਂਦਾ origignal judiciary ਦੇ ਅੰਡਰ ਦੇਖੋ ਉਹ ਕੇਸ ਜੋ ਸਿਰਫ ਸੁਪਰੀਮ ਕੋਰਟ ਜਾਂਦੇ ਹਨ ਜੋ ਬਹੁਤ ਵੱਡੇ ਪੱਧਰ ਤੇ ਹੁੰਦੇ ਹਨ ਜੋ ਇੱਕ ਤਰ੍ਹਾਂ ਦਾ ਦੇਸ਼ ਦਾ ਮਾਮਲਾ ਬਣ ਜਾਂਦਾ ਹੈ ਉਸ ਕੇਸ ਦੇ ਅੰਤਰਗਤ ਆਉਂਦੇ ਹਨ ਉਸ ਨੂੰ ਕੀ ਕਹਦੇ ਹਨ origignal original judiciary ਹੁਣ ਤਾਂ ਕੋਈ ਪੁੱਛੂਗਾ ਕਿ ਆਗੇ ਵੀ origignal judiciary ਦੇ ਵਿੱਚ ਕਿਹੜੇ ਕੇਸ ਆਉਣਗੇ ਤੁਸੀਂ ਚੁੱਪ ਕਰਕੇ ਖੜੇ ਹੋਣਾ ਕਿ ਜਿਹੜੇ ਵੀ ਦੇਸ਼ ਦੇ ਪੱਧਰ ਤੇ ਹੋਣਗੇ ਜਿਹਦਾ ਸਬੰਧ ਸਾਰੇ ਦੇਸ਼ ਨਾਲ ਹੋਊਗਾ ਉਹ ਸਾਰੇ ਕੇਸ ਸਿਰਫ ਤੇ ਸਿਰਫ ਸੁਪਰੀਮ ਕੋਰਟ ਹੀ ਜਾਣਗੇ ਹਾਈ ਕੋਰਟ ਜਾਂ ਸੈਸ਼ਨ ਕੋਰਟ ਦੇ ਵਿੱਚ ਉਹ ਨਹੀਂ ਜਾ ਸਕਦੇ ਠੀਕ ਹੈ ਇੱਕ ਤਾਂ ਇਹਦੀ ਪਾਵਰ ਹੈਗੀ ਜੁੜੀ origignal judiciary ਇਸ ਤੋਂ ਬਾਅਦ ਅਪੀਲਿੰਗ ਜੁਡੀਸ਼ਰੀ ਅਪੀਲਿੰਗ ਜੁਡੀਸ਼ਰੀ ਕੀ ਹੁੰਦੀ ਹੈ ਇਹ ਦੇਖੋ ਅਪੀਲਿੰਗ ਜੁਡੀਸ਼ਰੀ ਇਹ ਹੁੰਦੀ ਹੈ ਕਿ ਮੰਨ ਲਓ ਇਥੇ ਤੋਂ ਦਾਦਾ ਅਪੀਲਿੰਗ ਜੁਡੀਸ਼ਰੀ ਦੇਖੋ ਅਪੀਲ ਨੂੰ ਪੰਜਾਬੀ ਦੇ ਵਿੱਚ ਵੀ ਅਪੀਲ ਹੀ ਕਹਿੰਦੇ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਕੋਈ ਬੰਦਾ ਸੈਸ਼ਨ ਕੋਰਟ ਦੇ ਵਿੱਚੋਂ ਕੇਸ ਹਾਰ ਗਿਆ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਹਾਰ ਗਿਆ ਉਹਨੇ ਆਪਣੀ ਅਪੀਲ ਪਾਤੀ ਹਾਈ ਕੋਰਟ ਦੇ ਵਿੱਚ ਕੋਈ ਬੰਦਾ ਸੈਸ਼ਨ ਕੋਰਟ ਦੇ ਵਿੱਚੋਂ ਕੇਸ ਹਾਰ ਗਿਆ ਉਹਨੇ ਅਪੀਲ ਕਿੱਥੇ ਪਾਤੀ ਆਪਦੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ ਵੀ ਕੇਸ ਹਾਰ ਗਿਆ ਫਿਰ ਉਹਨੇ ਕਿੱਥੇ ਪਾਤੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜੀ ਆਪਾਂ ਅਪੀਲ ਪਾਉਣੀ ਹੁੰਦੀ ਹੈ ਠੀਕ ਹੈ ਕਿ ਇਹਦਾ ਮਤਲਬ ਇਹ ਹੈ ਕਿ ਆਪਾਂ ਐਂਡ ਤੱਕ ਸੁਪਰੀਮ ਕੋਰਟ ਆਪਣਾ ਐਂਡ ਵਾਲੀ ਅਪੀਲ ਹੋਊਗੀ ਜਿਹੜੀ ਅਪੀਲ ਆਪਾਂ ਐਂਡ ਤੇ ਪਾਵਾਂਗੇ ਉਹ ਪਾਵਾਂਗੇ ਸੁਪਰੀਮ ਕੋਰਟ ਨੂੰ ਜਿਹੜਾ ਫਿਰ ਸੁਪਰੀਮ ਕੋਰਟ ਦਾ ਫੈਸਲਾ ਹੋਊਗਾ ਉਹ ਆਖਰੀ ਤੇ ਸਹੀ ਫੈਸਲਾ ਮੰਨਿਆ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਦੇਖ ਲਓ ਅਪੀਲਿੰਗ ਕੀ ਮਤਲਬ ਹੁੰਦਾ ਹੈਗਾ ਜੇਕਰ ਇੱਕ ਵਿਅਕਤੀ ਸੈਸ਼ਨ ਕੋਰਟ ਤੋਂ ਕੇਸ ਹਾਰ ਜਾਂਦਾ ਤਾਂ ਉਹ ਫਿਰ ਹਾਈ ਕੋਰਟ ਵਿੱਚ ਕੇਸ ਕਰਦਾ ਹੈ ਅਤੇ ਉੱਥੋਂ ਵੀ ਹਾਰ ਜਾਂਦਾ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਦਾ ਹੈ ਠੀਕ ਹੈ ਇਹਨੂੰ ਕਹਿੰਦੇ ਨੇ ਅਪੀਲਿੰਗ ਜੁਡੀਸ਼ਰੀ ਕਹਿੰਦੇ ਨੇ ਇਹਨੂੰ ਠੀਕ ਹੈ ਇਸ ਤੋਂ ਬਾਰੇ ਦੂਆ ਗਿਆ ਰੈਟ ਰੈਟ ਜੁਡੀਸ਼ਰੀ ਇਸ ਬਾਰੇ ਚਰਚਾ ਅੱਗੇ ਜਾ ਕੇ ਕਰਦੇ ਹਾਂ ਇਸ ਵਿੱਚ ਅਦਾਲਤ ਰੈਟ ਦਾਇਰ ਕਰਕੇ ਇਨਸਾਫ ਦਮਾਉਂਦੀ ਹੈ ਜਿਹੜਾ ਰੈਟ ਜੁਡੀਸ਼ਰੀ ਹੈ ਇਹਦੀਆਂ ਪੰਜ ਕਿਸਮਾਂ ਹੈਗੀਆਂ ਉਹ ਆਪਾਂ ਇਹ ਵੀਡੀਓ ਦੇ ਐਂਡ ਤੇ ਕਵਰ ਕਰਾਂਗੇ ਉਹਦੇ ਵਿੱਚ ਆਪਰੇਸ਼ਨ ਬੰਦ ਦੇ 200% ਚਾਂਸ ਹੈ ਜਿੱਤੇ ਮੈਂ 200% ਕਹਤਾ ਨਾ ਉਹਦਾ ਬਸ ਐ ਲੜਨ ਨਾਲ ਬੰਦ ਲੁ ਕਿਤਾ ਹੋਊਗੀ ਆਊਗਾ ਪੱਕਾ ਠੀਕ ਹੈ ਇਸ ਤੋਂ ਬਾਅਦ ਆ ਗਿਆ ਰਿਵਿਊ ਜੁਡੀਸ਼ਰੀ ਰਿਵਿਊ ਜੁਡੀਸ਼ਰੀ ਦਾ ਮਤਲਬ ਇਹ ਹੁੰਦਾ ਪੁੱਤਰੋ ਕਿ ਜਿਹੜਾ ਹਾਈ ਕੋਰਟ ਦੇ ਕੇਸ ਹੈ ਮਤਲਬ ਹਾਈ ਕੋਰਟ ਦੇ ਵਿੱਚ ਕੋਈ ਕੇਸ ਕਰਿਆ ਹੋਇਆ ਦੇਖੋ ਰਿਵਿਊ ਜੁਡੀਸ਼ਰੀ ਦੇਖੋ ਰਿਵਿਊ ਦਾ ਮਤਲਬ ਕੀ ਹੁੰਦਾ ਕਿਸੇ ਚੀਜ਼ ਨੂੰ ਦੇਖਣਾ ਜਿਹੜੀ ਆਪਣੀ ਰਿਵਿਊ ਹੁੰਦਾ ਕਿਸੇ ਜਿਹਨੂੰ ਦੇਖਣਾ ਹੁੰਦਾ ਮਤਲਬ ਕਿ ਜਿਹੜਾ ਵੀ ਕੋਈ ਹਾਈ ਕੋਰਟ ਦਾ ਕੇਸ ਹੈ ਠੀਕ ਹੈ ਸੁਪਰੀਮ ਕੋਰਟ ਉਸ ਨੂੰ ਦੇਖ ਸਕਦੀ ਹੈ ਸੁਪਰੀਮ ਕੋਰਟ ਕੋਲੇ ਅਥਾਰਟੀ ਹੈ ਕਿ ਆਪਣੇ ਭਾਰਤ ਦੇ ਵਿੱਚ ਜਿੰਨੀਆਂ ਵੀ ਆਪਣੇ ਭਾਰਤ ਦੇ ਵਿੱਚ ਜਿੰਨੇ ਵੀ ਹਾਈ ਕੋਰਟ ਹੈ ਉਹਨਾਂ ਦੇ ਉਹਨਾਂ ਦੇ ਮਤਲਬ ਜਿਹੜੇ ਰਿਕਾਰਡ ਹੈ ਜਾਂ ਉਹਨਾਂ ਦੇ ਕੇਸ ਹੈ ਉਹ ਦੇਖ ਸਕਦੀ ਹੈ ਸੁਪਰੀਮ ਕੋਰਟ ਪਰ ਹਾਈ ਕੋਰਟ ਉਹਨਾਂ ਦੇ ਕੇਸ ਨਹੀਂ ਦੇਖ ਸਕਦੀ ਠੀਕ ਹੈ ਰਿਵਿਊ ਜੁਡੀਸ਼ਰੀ ਦੇ ਅੰਦਰ ਆਜਾ ਦਾ ਸੁਪਰੀਮ ਕੋਰਟ ਦੀ ਪਾਵਰ ਹੈ ਇਹ ਕਿ ਉਹ ਹਾਈ ਕੋਰਟ ਦੇ ਕਿਸੇ ਵੀ ਕੇਸ ਨੂੰ ਦੇਖ ਸਕਦੀ ਹੈ ਇਸ ਤੋਂ ਬਾਅਦ ਕੋਰਟ ਆਫ ਰਿਕਾਰਡ ਕੀ ਆ ਗਿਆ ਕੋਰਟ ਆਫ ਰਿਕਾਰਡ ਸੁਪਰੀਮ ਕੋਰਟ ਕੋਲ ਇਹ ਵੀ ਅਧਿਕਾਰ ਹੈ ਕਿ ਇਹ ਸਾਰੇ ਦੇਖਦੇ ਕੋਰਟ ਦਾ ਰਿਕਾਰਡ ਆਪਣੇ ਕੋਲ ਰੱਖ ਸਕਦੀ ਹੈ ਇੱਕ ਚੀਜ਼ ਇਹ ਰਿਵਿਊ ਦਾ ਮਤਲਬ ਹਾਈ ਕੋਰਟ ਕਿਸੇ ਕੇਸ ਨੂੰ ਦੇਖ ਸਕਦੇ ਕਿ ਨੇ ਫੈਸਲਾ ਸਹੀ ਸੁਣਾਇਆ ਕਿ ਗਲਤ ਸੁਣਾਇਆ ਕੋਰਟ ਆਫ ਰਿਕਾਰਡ ਦੇ ਵਿੱਚੋਂ ਸਾਰੇ ਰਿਕਾਰਡ ਵੀ ਦੇਖ ਸਕਦੀ ਹੈ ਠੀਕ ਹੈ ਇਸ ਤੋਂ ਬਾਅਦ ਐਡਵਾਈਜ਼ਰੀ ਜੁਡੀਸ਼ਰੀ ਕੀ ਹੋ ਗਿਆ ਐਡਵਾਈਜ਼ਰੀ ਜੁਡੀਸ਼ਰੀ ਇਹ ਕੀ ਹੁੰਦਾ ਐਡਵਾਈਜ਼ਰੀ ਜੁਡੀਸ਼ਰੀ ਦੇ ਨਾਂ ਤੋਂ ਹੀ ਕਨਫਰਮ ਹੋ ਜਾਂਦਾ ਐਡਵਾਈਸ ਦੇਣਾ ਐਡਵਾਈਜ਼ਰ ਦਾ ਮਤਲਬ ਹੁੰਦਾ ਸਲਾਹ ਦੇਣਾ ਸੁਪਰੀਮ ਕੋਰਟ ਕਿਸੇ ਨੂੰ ਵੀ ਕੀ ਕਹਦੇ ਆ ਸੁਪਰੀਮ ਕੋਰਟ ਕਿਸੇ ਵੀ ਕੋਰਟ ਨੂੰ ਸਲਾਹ ਦੇ ਸਕਦੀ ਹੈ ਪਰ ਦੂਸਰੇ ਕੋਰਟ ਸੁਪਰੀਮ ਕੋਰਟ ਨੂੰ ਸਲਾਹ ਨਹੀਂ ਦੇ ਸਕਦੇ ਠੀਕ ਹੈ ਹੁਣ ਤਿੰਨ ਪਾਵਨਾਂ ਦੀ ਅਪਸ਼ੇਪ ਆਪਾਂ ਬਣਾਂਗੇ ਦੁਬਾਰਾ ਇੱਕ ਵਾਰੀ ਫੇਰ ਦੇਖ ਲਓ origional judiciary ਦੇ ਵਿੱਚ ਕੀ ਹੁੰਦਾ ਜਿਹੜਾ ਕੋਈ ਦੇਸ਼ ਪੱਧਰ ਤੇ ਆਪਣਾ ਮਾਮਲਾ ਆ ਗਿਆ ਵੱਡੇ ਪੱਧਰ ਤੇ ਆ ਕੇ ਜੇ ਕਿਸਾਨੀ ਮਾਮਲਾ ਉਹ ਤਾਂ ਜਾਣਗੇ ਜੁਡੀਸ਼ਰੀਰੀਟ ਕੈਟਾਗਰੀ ਦੇ ਵਿੱਚ ਆਉਣਗੇ ਅਪੀਲਿੰਗ ਜੁਡੀਸ਼ਰੀ ਦੇ ਵਿੱਚ ਆਉਣਗੇ ਜਿਵੇਂ ਆਪਾਂ ਸੈਸ਼ਨ ਕੋਰਟ ਤੋਂ ਕੇਸ ਹਾਰ ਗਿਆ ਆਪਾਂ ਹਾਈ ਕੋਰਟ 'ਚ ਕੇਸ ਕਰਤਾ ਹਾਈ ਕੋਰਟ ਤੋਂ ਹਾਰ ਗਿਆ ਆਪਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਤਾ ਰੈਟ ਜੁਡੀਸ਼ਰੀ ਇਹ ਹੁੰਦੀ ਹੈ ਕਿ ਕੋਰਟ ਦਾ ਕੰਮ ਹੁੰਦਾ ਕਿ ਰੈਟ ਪਾ ਕੇ ਕਿਸੇ ਨੂੰ ਇਨਸਾਫ ਦੇਣਾ ਰੈਟ ਬਾਰੇ ਅੱਗੇ ਰੈਟ ਪਾਜ ਕੇ ਸਮਾਂ ਨਹੀਂ ਹੁੰਦੀ ਆਪਾਂ ਅੱਗੇ ਚਰਚਾ ਕਰਦੇ ਹਾਂ ਇਸ ਤੋਂ ਬਾਅਦ ਰਿਵਿਊ ਜੁਡੀਸ਼ਰੀ ਰਿਵਿਊ ਜੁਡੀਸ਼ਰੀ ਦਾ ਮਤਲਬ ਕੀ ਹੈਗਾ ਕਿ ਹਾਈ ਕੋਰਟ ਦਾ ਜਿਹੜਾ ਕੋਈ ਰਿਵਿਊ ਹੈਗਾ ਉਹਨੂੰ ਜਾ ਕੇ ਸੁਪਰੀਮ ਕੋਰਟ ਚੈੱਕ ਕਰ ਸਕਦੀ ਐ ਇੱਕ ਤਾਂ ਚੈੱਕ ਕਰਦੇ ਆਂਗੂ ਕੋਰਟ ਆਫ ਰਿਕਾਰਡ ਕੋਰਟ ਆਫ ਰਿਕਾਰਡ ਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਕੋਲੇ ਇਹ ਅਥਾਰਟੀ ਹੈ ਕਿ ਉਹ ਜਿੰਨੀਆਂ ਵੀ ਆਪਣੇ ਇੰਡੀਆ ਦੇ ਵਿੱਚ ਹਾਈ ਕੋਰਟ ਆਉਂਦਾ ਰਿਕਾਰਡ ਜਾ ਕੇ ਚੈੱਕ ਕਰ ਸਕਦੀ ਐ ਐਡਵੈਸਰੀ ਜੁਡੀਸ਼ੀਅਲ ਮਤਲਬ ਇਹ ਹੈ ਕਿ ਹਾਈ ਸੁਪਰੀਮ ਕੋਰਟ ਕਿਸੇ ਵੀ ਹਾਈ ਕੋਰਟ ਨੂੰ ਸਲਾਹ ਦੇ ਸਕਦੀ ਐ ਪਰ ਹਾਈ ਕੋਰਟ ਕਿਸੇ ਵੀ ਸੁਪਰੀਮ ਕੋਰਟ ਨੂੰ ਸਲਾਹ ਨਹੀਂ ਦੇ ਸਕਦਾ ਕਦੇ ਵੀ ਇਸ ਤੋਂ ਬਾਅਦ ਆ ਗਏ ਭਈ ਰਿੱਟਾਂ ਰਿੱਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਵੇਂ ਤੁਹਾਨੂੰ ਦੱਸਿਆ ਗਿਆ ਆ ਆ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਜਿਹੜੇ ਤੁ ਰੈਕਟ ਆਪਣੀਆਂ ਪੰਜ ਤਰ੍ਹਾਂ ਦੀਆਂ ਹੁੰਦੀਆਂ ਸਭ ਤੋਂ ਪਹਿਲਾਂ ਦੇਖੋ ਇੱਕ ਹੁੰਦੀ ਹੈ ਆਪਣੀ ਹੈਵ ਸਕੋਰਵਸ ਇੱਕ ਹੁੰਦੀ ਹੈ ਆਪਣੀ ਹੈਵ ਸਕੋਰਵਸ ਇੱਕ ਹੁੰਦੀ ਹੈ ਆਪਣੀ ਮੈਂਡਾਵਸ ਇੱਕ ਹੁੰਦੀ ਹੈ ਆਪਣੀ ਕਯੂਬਰਾਟੋ ਠੀਕ ਹੈ ਇੱਕ ਕਯੂਬਰਾਟ ਹੁੰਦੀ ਹੈ ਤੇ ਤਿੰਨ ਤਾਂ ਇਹ ਹੁੰਦੀਆਂ ਗਈਆਂ ਇੱਕ ਚੌਥੀ ਆਪਣੀ ਹੁੰਦੀ ਹੈ ਪ੍ਰੋਵੀਜ਼ਨ ਪ੍ਰੋਵੀਜ਼ਨ ਠੀਕ ਹੈ ਤੇ ਆ ਭਈ ਆਪੇ ਤੇ ਪੰਜਵੇਂ ਹੁੰਦੀ ਆ ਰਿਟ ਆਫ ਸੈਲੈਕਟੋਰੀ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੈਬਸ ਕੋਰਪਸ ਪੜੀਗਾ ਤੁਸ ਤੋਂ ਇੱਕ ਪ੍ਰੀਸ਼ਨ ਇਹੀ ਬਣ ਜੂਗਾ ਕਿ ਜਿਹੜੀਆਂ ਆਪਣੇ ਰਿਟਾਂ ਆ ਗਈਆਂ ਰਿਟਾਂ ਹੁੰਦੀਆਂ ਨੇ ਇਹਦੀ ਹਾਈ ਕੋਰਟ ਪਾਉਂਦੀ ਆ ਤੇ ਸੁਪਰੀਮ ਕੋਰਟ ਪਾਉਂਦੀ ਆ ਰਿਟਾਂ ਇਹ ਰਿਟਾਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਇਹ ਰਿਟਾਂ ਵੀ ਪੰਜ ਤਰ੍ਹਾਂ ਦੀਆਂ ਹੁੰਦੀਆਂ ਦਿਵਾਰੀ ਫੇਰ ਨਾ ਯਾਦ ਕਰ ਲੋ ਇਹਨਾਂ ਰਿਟਾਂ ਦੇ ਕਿਹੜੀਆਂ ਕਿਹੜੀਆਂ ਹੈਬਸ ਕੋਰਪਸ ਨੰਬਰ 2 ਤੇ ਕੀੜੀ ਆ ਗਈ ਕਿਊ ਬਰਾਂਟੂ ਯਾਦ ਹੋਣੀ ਚਾਹੀਦੀ ਜਿਵੇਂ ਮਰਜ਼ੀ ਯਾਦ ਕਰ ਲਓ ਪ੍ਰੋਵੀਜ਼ਨ ਠੀਕ ਹੈ ਤੇ ਰੈਟ ਆਫ ਸੈਰੀਟੋਰੀ ਠੀਕ ਹੈ ਤੇ ਪੰਜਵੀਂ ਆ ਗਈ ਆਪਣੀ ਮੈਂਡਾ ਬਸ ਓਕੇ ਇਹ ਆਪਣੀਆਂ ਵੀ ਪੰਜ ਕੀ ਹੈਗੀਆਂ ਰੈਟਸ ਨੇ ਹੁਣ ਦੇਖੋ ਹੈਪਸ ਕੋਰਪਸ ਦੀ ਗੱਲ ਕਰਦਾ ਹੈਪਸ ਕੋਰਪਸ ਦੇ ਵਿੱਚ ਕੀ ਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਸਮਝੋ ਹੈਵਸ ਕੋਰਪਸ ਦੇ ਵਿੱਚ ਕੀ ਆ ਜਾਂਦਾ ਕਿਸੇ ਨੂੰ ਬੰਦੀ ਬਣਾਉਣਾ ਮੰਨ ਲਓ ਕਿਸੇ ਬੰਦੇ ਨੂੰ ਬੰਦੀ ਬਣਾਇਆ ਹੋਇਆ ਹੈ ਮਤਲਬ ਕੋਈ ਬੰਦਾ ਆਪਣੇ ਇਥੋਂ ਫੜ ਕੇ ਲੈ ਗਿਆ ਠੀਕ ਹੈ ਜੇ ਕੋਈ ਕਿਸੇ ਬੰਦੇ ਨੂੰ ਫੜ ਕੇ ਲੈ ਗਏ ਵੱਡੇ ਪੱਤਰ ਤੇ ਫੜ ਕੇ ਲੈ ਗਏ ਛੋਟੇ ਪੱਤਰ ਤੇ ਫੜ ਕੇ ਉਹਦੇ ਪਰਚਾ ਪਾਤਾ ਪਰਚਾ ਪਾਉਣ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਉਹ ਬੰਦੇ ਨੂੰ ਕੋਰਟ ਦੇ ਵਿੱਚ ਹਾਜ਼ਰ ਕਰਨਾ ਹੁੰਦਾ ਠੀਕ ਹੈ ਕੀ ਕਰਨਾ ਹੁੰਦਾ ਕੋਰਟ ਦੇ ਵਿੱਚ ਹਾਜ਼ਰ ਕਰਨਾ ਹੁੰਦਾ ਜੇਕਰ ਕੋਈ ਬੰਦਾ ਕਿਸੇ ਨੂੰ ਕੋਰਟ ਦੇ ਵਿੱਚ ਪੁਲਿਸ ਮੁਲਾਜ਼ਮ ਜਾਂ ਥਾਣੇ ਵਾਲੇ ਕਿਸੇ ਬੰਦੇ ਨੂੰ ਮਤਲਬ ਨਹੀਂ ਜਾ ਕੇ ਉੱਥੇ ਕੋਰਟ ਦੇ ਵਿੱਚ ਕਰਵਾਉਂਦੇ ਪੇਸ਼ ਕਰਵਾਉਂਦੇ ਤਾਂ ਉਹਨਾਂ ਦੇ ਕਾਰਵਾਈ ਹੋ ਸਕਦੀ ਹੈ ਠੀਕ ਹੈ ਕਿਸੇ ਵੀ ਬੰਦੇ ਨੂੰ ਫੜ ਲੈਂਦੇ ਆ ਤਾਂ ਉਹਨੂੰ 24 ਘੰਟੇ ਦੇ ਵਿੱਚ ਵਿੱਚ ਅਥਾਰਟੀ ਹੈ ਕਿ ਉਹਨਾਂ ਨੂੰ ਕੀ ਹੋਊਗਾ ਮਤਲਬ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਸ ਨੂੰ ਪੇਸ਼ ਕਰਨੇ ਕਰਨਾ ਹੋਊਗਾ ਜੇ ਉਹ ਪੇਸ਼ ਨਾ ਕਰਨਗੇ ਭਾਈ ਫਿਰ ਕੀ ਹੋਊਗਾ ਉਹਨਾਂ ਦੇ ਕਾਰਵਾਈ ਹੋਊਗੀ ਕਿਹੜੀ ਰਿਟ ਦਾਇਰ ਕਰੂਗੇ ਸੁਪਰੀਮ ਹਾਈ ਕੋਰਟ ਜਾਂ ਕੋਰਟ ਕੋਰਟ ਵਿੱਚ ਰਿਟ ਦਾਇਰ ਕਰੂਗਾ ਹੈਬਸ ਕੋਰਪਸ ਠੀਕ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਅਪਰਾਧ ਦੇ ਮਾਮਲੇ ਵਿੱਚ ਦਰਜ ਹੈ ਤਾਂ ਉਸ ਨੂੰ 24 ਘੰਟੇ ਦੇ ਵਿੱਚ ਹਾਜ਼ਰ ਕਰਨਾ ਜ਼ਰੂਰੀ ਹੁੰਦਾ ਇਹ ਆ ਜਾਂਦਾ ਹੈਬਸ ਕੋਰਪਸ ਦੇ ਵਿੱਚ ਦੂਸਰੇ ਤੇ ਆ ਗਈ ਮੰਡਾਮਸ ਮੈਂਡਾਮਸ ਜਿਹੜੀ ਮੈਂਡਾਮਸ ਹੁੰਦੀ ਆ ਬਤਰੋ ਮੈਂਡਾਵਾ ਸਿੱਧਾ ਯਾਦ ਕਰ ਲੋ ਮਨ ਮੂਲਕ ਲਈ ਆ ਜੀ ਯਾਦ ਕਰ ਲੋ ਤੇ ਯਾਦ ਹੋ ਜਾਊਗਾ ਮੈਂਡਾ ਮਸਰਾ ਕੀ ਮਤਲਬ ਹੈਗਾ ਮਨ ਮਨ ਦਾ ਕੀ ਮਤਲਬ ਹੁੰਦਾਗਾ ਮੰਨ ਦੀ ਕਰਨੀ ਮੰਨ ਦੀ ਕਰਨੀ ਦੇਖੋ ਮਨਾ ਲੋ ਕਿ ਮੈਂ ਮੈਂ ਥਾਣੇ 'ਚ ਲੱਗਿਆ ਹੋਇਆ ਹਾਂ ਠੀਕ ਹੈ ਮੈਂ ਐਸ ਐਚਓ ਲੱਗਿਆ ਹੋਇਆ ਹਾਂ ਵੱਡੇ ਰੈਂਕ ਤੇ ਹਾਂ ਕਿਸੇ ਦਾ ਕੋਈ ਮਾਮਲਾ ਆ ਗਿਆ ਕਿਸੇ ਲੜਾਈ ਝਗੜੇ ਦਾ ਮਾਮਲਾ ਆ ਗਿਆ ਕਿਸੇ ਦਾ ਕੋਈ ਵੀ ਮਾਮਲਾ ਆ ਗਿਆ ਮੈਂ ਇੱਕ ਪੱਖ ਸੁਣਾਤਾ ਉੱਥੇ ਕਿਸ ਨਾਲ ਦਾ ਇੱਕ ਪੱਖ ਸਨਾਤਾ ਠੀਕ ਹੈ ਜਾਂ ਛੱਡੋ ਬਰੇ ਜਲ ਇੱਕ ਦੂਸਰਾ ਐਗਜ਼ਾਮਪਲ ਇਹਦਾ ਸੌਖੀ ਮੰਨ ਲਓ ਮੇਰਾ ਜ਼ਮੀਨ ਦਾ ਝਗੜਾ ਕਿਸ ਨਾਲ ਮੇਰਾ ਕਿਸ ਨਾਲ ਜ਼ਮੀਨ ਦਾ ਝਗੜਾ ਹੈ ਜ਼ਮੀਨ ਤੇ ਹੱਕ ਮੇਰਾ ਵੀ ਹੈਗਾਗਾ ਤੇ ਜ਼ਮੀਨ ਤੇ ਹੱਕ ਦੂਸਰੇ ਦਾ ਵੀ ਹੈਗਾ ਪਰ ਜਿਹੜਾ ਦੂਸਰਾ ਬੰਦਾ ਉਹ ਮੇਰਾ ਹੱਕ ਮਾਰ ਗਿਆ ਕੀ ਕਰਿਆ ਉਹ ਮੇਰਾ ਹੱਕ ਮਾਰ ਗਿਆ ਜਿਹੜੋ ਮੈਂ ਉੱਥੋਂ ਦੇ ਪਟਵਾਰੀ ਕੋਲ ਕਾਨੂੰਗੋਲ ਤਹਿਸੀਲਦਾਰ ਕੋਲ ਗਿਆ ਉਹਨਾਂ ਨੇ ਕੀਤਾ ਉਹਨਾਂ ਨੇ ਵੀ ਪੈਸੇ ਲੈ ਕੇ ਮੇਰੀ ਗੱਲ ਨਹੀਂ ਸੁਣੀ ਦੂਸਰੇ ਦੇ ਜਿਹੜਾ ਬੰਦਾ ਗਲਤੀ ਜਿਹੜੇ ਹੱਕ 'ਚ ਫੈਂਸਾ ਸੁਨਾਤਾ ਤਾਂ ਮੈਂ ਜਾਊਂਗਾ ਕੋਰਟ ਦੇ ਵਿੱਚ ਤੇ ਕੋਰਟ ਉਹਨਾਂ ਦੇ ਵਿਰੁੱਧ ਕਿਹੜੀ ਰਿੱਟ ਦਾਇਰ ਕਰੂਗਾ ਮੈਂਡਾਮਸ ਕੋਰਟ ਦੀ ਰਿੱਟ ਦਾਇਰ ਕਰੂਗਾ ਉਹਦੇ ਵਿਰੁੱਧ ਮੈਂਡਾਮਸ ਆਪ ਆਪਣੀ ਡਿਊਟੀ ਚੰਗੇ ਢੰਗ ਨਾਲ ਕਰੋ ਇਹ ਰਿੱਟ ਦੇ ਵਿੱਚ ਕੀ ਲਿਖਿਆ ਹੋਊਗਾ ਕਿ ਤੁਸੀਂ ਆਪਣੀ ਰੋਟੀ ਚੰਗੇ ਢੰਗ ਨਾਲ ਕਰੋ ਜੇਕਰ ਕੋਈ ਕਰਮਚਾਰੀ ਆਪਣੀ ਡਿਊਟੀ ਢੰਗ ਨਾਲ ਨਹੀਂ ਕਰਦਾ ਤਾਂ ਉਸ ਲਈ ਇਹ ਰਿੱਟ ਦਾਇਰ ਕੀਤੀ ਜਾਂਦੀ ਹੈ ਕਿਸ਼ਾ ਜਾਣ ਸਕਦਾ ਕਿ ਜੇਕਰ ਕੋਈ ਬੰਦਾ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕਰਦਾ ਉਹਦੇ ਵਾਸਤੇ ਸੁਪਰੀਮ ਕੋਰਟ ਕਿਹੜੀ ਨਿਯਤ ਤੈਅ ਕਰਦਾ ਉਹ ਰਟ ਕਰਦਾ ਬਈ ਮੈਂਡਾ ਮਸ ਮੈਂਡਾ ਮਸ ਦਾ ਆਪਣੇ ਮਨ ਦੀ ਕਰਨੀ ਹੈ ਸਕੋਰ ਬਸ ਉਹਦੇ ਜਿਹਦੇ ਵਿੱਚ ਕੈਦੀ ਨੂੰ 24 ਘੰਟੇ ਦੇ ਵਿੱਚ ਵਿੱਚ ਹਾਜ਼ਰ ਕਰਨਾ ਹੁੰਦਾ ਠੀਕ ਹੈ ਦੋ ਡੇਟਾ ਕਲੀਅਰ ਹੈ ਤੀਸਰਾ ਡੇਟਾ ਹੈ ਕਿ ਪ੍ਰੋਵੀਜ਼ਨ ਤੀਸਰੀ ਡੇਟਾ ਹੈਗੀ ਹੈ ਪ੍ਰੋਵੀਜ਼ਨ ਜੇਕਰ ਕੋਈ ਸੁਪਰੀਮ ਕੋਰਟ ਦਾ ਕੰਮ ਹੈ ਠੀਕ ਹੈ ਜੇਕਰ ਕੋਈ ਸੁਪਰੀਮ ਕੋਰਟ ਦਾ ਕੰਮ ਹੈ ਤੇ ਉਸ ਵਿੱਚ ਫੈਸਲੇ ਮੰਨ ਲਓ ਕੋਈ ਵੱਡਾ ਮਸਲਾ ਆ ਗਿਆ ਕੋਈ ਬਹੁਤ ਵੱਡਾ ਮਸਲਾ ਕਿਸਾਨੀ ਦਾ ਮਸਲਾ ਹੈਗਾ ਠੀਕ ਹੈ ਮਸਲਾ ਤਾਂ ਉਹ ਹੈਗਾਗਾ ਬਹੁਤ ਵੱਡਾ ਵੱਡੇ ਪੱਧਰ ਤੇ ਤੇ ਪੰਗੇ ਨੇ ਲਈ ਜਾਂਦੇ ਹਾਈ ਕੋਰਟ ਵਾਲੇ ਪੰਗੇ ਕੌਣ ਲਈ ਜਾਂਦੇ ਹਾਈ ਕੋਰਟ ਵਾਲੇ ਪੰਗੇ ਲਈ ਜਾਂਦੇ ਨੇ ਤੇ ਨਾਲ ਜਿਹਨਾਂ ਸੋਲਵ ਨਹੀਂ ਹੁੰਦਾ ਸਾਲ ਹੋ ਗਿਆ 2 ਸਾਲ ਹੋ ਗਏ 3 ਸਾਲ ਹੋ ਗਏ 4 ਸਾਲ ਹੋ ਗਏ ਕੇਸ ਚੱਲਦੇ ਨੂੰ ਪੰਗੇ ਲਈ ਜਾਂਦੇ ਕੋਈ ਕੱਢਣ ਪਾਉਣ ਨੂੰ ਹੈ ਨਹੀਂ ਉਹਨਾਂ 'ਚ ਤਾਂ ਫਿਰ ਉਹਨੂੰ ਕੀ ਕਰੂਗਾ ਹਾਈ ਕੋਰਟ ਕੋਲੇ ਜਦੋਂ ਗੱਲ ਪਹੁੰਚੂਗੀ ਸੁਪਰੀਮ ਕੋਰਟ ਕੋਲੇ ਤਾਂ ਸੁਪਰੀਮ ਕੋਰਟ ਡਾਇਰੈਕਟ ਟਾਇਰ ਕਰੂਗਾ ਇੱਕ ਕੀ ਕਰੂਗਾ ਸੁਪਰੀਮ ਕੋਰਟ ਇੱਕ ਰਿੱਟ ਡਾਇਰੈਕਟ ਕਰੂਗਾ ਕਿਹੜੀ ਪ੍ਰੋਵੀਜ਼ਨ ਪਰੋਵੀਜ਼ਨ ਦੇ ਵਿੱਚ ਕੀ ਲਿਖਿਆ ਹੋਊਗਾ ਕਿ ਕਿਰਪਾ ਕਰਕੇ ਆਪਣੇ ਦਾਇਰੇ ਵਿੱਚ ਰਹੋ ਕੀ ਲਿਖਿਆ ਹੋਊਗਾ ਇਹਦੇ ਵਿੱਚ ਕਿਰਪਾ ਕਰਕੇ ਆਪਣੇ ਦਾਇਰੇ ਦੇ ਵਿੱਚ ਰਹੋ ਦੇਖੋ ਜੇਕਰ ਸੁਪਰੀਮ ਕੋਰਟ ਦਾ ਕੰਮ ਹੈ ਅਤੇ ਉਸ ਦਾ ਫੈਸਲਾ ਹਾਈ ਕੋਰਟ ਸੁਣਾ ਰਿਹਾ ਹੈ ਤਾਂ ਇਹ ਰਿੱਟ ਸੁਪਰੀਮ ਕੋਰਟ ਦਾਇਰ ਕੀਤੀ ਜਾਂਦੀ ਹੈ ਜਿਸ ਵਿੱਚ ਇਹ ਕਿਹਾ ਜਾਂਦਾ ਕਿ ਉਹ ਆਪਣੇ ਦਾਇਰੇ ਵਿੱਚ ਰਹਿਣ ਭਈ ਠੀਕ ਹੈ ਮੰਨ ਲਓ ਹੁਣ ਮੇਰਾ ਕੰਮ ਆ ਪੜਾਉਣ ਦਾ ਠੀਕ ਹੈ ਮੇਰਾ ਕੰਮ ਹੈਗਾ ਪੜਾਉਣ ਦਾ ਕੱਲ ਨੂੰ ਮੈਂ ਤੁਹਾਨੂੰ ਬੌਕਸਿੰਗ ਸਿਖਾਈ ਜਾਵਾਂ ਹੈ ਬਾਕਸਿੰਗ ਸਿਖਾਈ ਜਾਵਾ ਜਾਂ ਤੁ ਕਬਾਡੀ ਸਿਖਾਈ ਜਾਵਾ ਹੈ ਨਾ ਉਹ ਚੀਜ਼ਾਂ ਕੀ ਫਤ ਤਾ ਉਹੀ ਕੰਮ ਆ ਕੇ ਜਿਹੜਾ ਬੰਦਾ ਕੰਮ ਕਰਦਾ ਜਿਹੜਾ ਕੰਮ ਉਹਦੇ ਅੰਡਰ ਆਉਂਦਾ ਸਿਰਫ ਬੰਦੇ ਨੂੰ ਉਹੀ ਕੰਮ ਕਰਨਾ ਚਾਹੀਦਾ ਜੇਕਰ ਕੋਈ ਹੋਰ ਪੱਧ ਹਾਈ ਕੋਰਟ ਕੋਈ ਹੋਰ ਫੈਸਲਾ ਸੁਣਾਊਗਾ ਜਿਹੜਾ ਕਿ ਹਾਈ ਕੋਰਟ ਦੇ ਫੈਸਲੇ ਵਿੱਚ ਆਉਂਦਾ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਆਉਂਦਾ ਤਾਂ ਸੁਪਰੀਮ ਕੋਰਟ ਉਹਦੇ ਰੈਟ ਦਾਇਲ ਕਰੂਗੀ ਭਾਈ ਕੀ ਪ੍ਰੋਵੀਜ਼ਨਲ ਰੈਟ ਦਾਇਲ ਕਰੂਗੀ ਇਹਦੇ ਵਿੱਚ ਕਹੂਗੀ ਭਾਈ ਇਹ ਕੰਮ ਸਾਡਾ ਤੁਸੀਂ ਕੋ ਵਿੱਚ ਪੰਗੇ ਲਈ ਜਾਂਦੇ ਹੋ ਓਕੇ ਜੀ ਸਮਝਾ ਕੀ ਇਸ ਤੋਂ ਬਾਅਦ ਰੈਟ ਆਫ ਸਲਟੋਰੀ ਰੈਟ ਆਫ ਸਲਟੋਰੀ ਇਹਦੇ ਵਿੱਚ ਕੀ ਹੁੰਦਾ ਜੇਕਰ ਕੋਈ ਜੇਕਰ ਹਾਈ ਕੋਰਟ ਕੋਲੇ ਬਹੁਤ ਜ਼ਿਆਦਾ ਕੇਸ ਹੋ ਗਏ ਮੰਨ ਲਓ ਹਾਈ ਕੋਰਟ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਿਆ ਹਾਈ ਕੋਰਟ ਤੇ ਬਹੁਤ ਜ਼ਿਆਦਾ ਕੇਸ ਹੋ ਗਏ ਤੇ ਉਦੋਂ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਕੋਲੇ ਕੇਸ ਘੱਟ ਹੋਗੇ ਉਹਨਾਂ ਕੋਲੇ ਕੇਸ ਘੱਟ ਹੋਗੇ ਤਾਂ ਸੁਪਰੀਮ ਕੋਰਟ ਕਹਿ ਸਕਦੀ ਹੈ ਰੈਟ ਪਾ ਕੇ ਭਾਈ ਹਾਈ ਕੋਰਟ ਵਾਲਿਆਂ ਨੂੰ ਕਿ ਜੇ ਤੁਹਾਡੇ ਤੋਂ ਕੋਈ ਫੈਸਲਾ ਨਹੀਂ ਹੁੰਦਾ ਜਾਂ ਤੁਹਾਡੇ ਕੋਲੇ ਕੇਸ ਜ਼ਿਆਦੇ ਆ ਤਾਂ ਤੁਸੀਂ ਸਾਨੂੰ ਕੇਸ ਦੇ ਸਕਦੇ ਹੋ ਅਸੀਂ ਉਹ ਕੇਸਾਂ ਤੇ ਫੈਸਲਾ ਸੁਣਾਵਾਂਗੇ ਤੇ ਉਹਨਾਂ ਦੀ ਪੈਰਵਾਈ ਕਰਾਂਗੇ ਪਰ ਅਜੇ ਤੱਕ ਕਦੇ ਇਹਦਾ ਹੋਇਆ ਨਹੀਂ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਤੱਕ ਪਹਿਲੀ ਕੇਸਾਂ ਨਹੀਂ ਪੱਡਾਰ ਹੋਈ ਪਈ ਐ ਠੀਕ ਐ ਤਾਂ ਕਰਕੇ ਇਹ ਰਟ ਕੋਈ ਵਾਲੀ ਯੂਜ਼ ਨਹੀਂ ਕੀਤੀ ਜਾਂਦੀ ਵੈਸੇ ਉਹ ਆਰਟੀਕਲ ਦੇ ਵਿੱਚ ਲਿਖੀ ਹੋਈ ਰਹੇ ਰਟ ਓਕੇ ਇਸ ਤੋਂ ਬਾਅਦ ਆਪਣੀ ਪੰਜਵੀਂ ਰਟ ਹੈਗੇ ਕਯੂ ਬਰਾਂਟੋ ਕਯੂ ਬਰਾਂਟੋ ਕਯੂ ਬਰਾਂਟੋ ਦਾ ਮਤਲਬ ਦੇਖੋ ਕਯੂ ਬਰਾਂਟੋ ਇਹ ਯਾਦ ਕਰ ਲਓ ਟ੍ਰਿਕ ਨਾਲ ਕਯੂ ਦਾ ਮਤਲਬ ਕਿਉਂ ਕਿਉਂ ਰਿਕਾਰਡ ਕਰ ਲਓ ਕਿਉਂ ਮਾਨ ਰੋ ਪਈ ਭਾਰਤੀ ਨਿਕਲ ਗਈ ਪੁਲਿਸ ਦੇ ਕੀ ਹੋ ਗਿਆ ਪੁਲਿਸ ਦੀ ਭਾਰਤੀ ਨਿਕਲ ਗਈ ਆਪਣੀ ਜੇ ਪੁਲਿਸ ਦੀ ਭਾਰਤੀ ਨਿਕਲ ਗਈ ਭਾਰਤੀ ਦੇ ਵਿੱਚ ਭਾਈ ਮੈਂ ਮੇਰੇ ਨਾਲ ਦੇ ਸੀ ਦੋ ਤਿੰਨ ਜਾਣੇ ਅਸੀਂ ਭਾਰਤੀ ਦੇਖਣ ਵਾਗੇ ਚਾਰ ਜਾਣੇ ਭਾਰਤੀ ਦੇਖਣ ਵਾਗੇ ਮੈਨੂੰ ਉਹਨਾਂ ਨੇ ਰੱਖ ਲਿਆ ਮੈਨੂੰ ਉਹਨਾਂ ਨੇ ਭਾਰਤੀ ਕਰ ਲਿਆ ਕਿਉਂ ਭਾਰਤੀ ਕਰ ਲਿਆ ਕਿਉਂਕਿ ਮੈਂ ਉਹਨਾਂ ਨੂੰ 10 ਜਾਂ 15 ਲੱਖ ਰੁਪਏ ਦਿੱਤਾ ਸੀ ਮੈਨੂੰ ਉਹਨਾਂ ਨੇ ਭਾਰਤੀ ਕਰ ਲਿਆ ਕਿਉਂਕਿ ਮੈਨੂੰ 10 ਜਾਂ 15 ਲੱਖ ਰੁਪਏ ਦਿੱਤਾ ਸੀ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਕਿਤੇ ਠੀਕ ਹੈ ਸੀਰੀਅਸ ਨਾਲ ਲੇਜੋ ਮੈਂ 10 ਤੋਂ 15 ਲੱਖ ਰੁਪਏ ਦਿੱਤਾ ਉਹਨੂੰ ਭਰਤੀ ਹੋਣ ਵਾਸਤੇ ਉਹਨਾਂ ਨੇ ਭਾਈ ਮੈਨੂੰ ਰੱਖ ਲਿਆ ਜਿਹੜੇ ਮੇਰੇ ਨਾਲ ਦੇ 2-3 ਸੀ ਇਹਨਾਂ ਨੇ ਹੋ ਗਿਆ ਜਿਹੜੇ ਇਹ ਤਾਂ ਲੱਗ ਗਿਆ ਪੈਸੇ ਦੇ ਕੇ ਅਸੀਂ ਰਹਿ ਗਏ ਤਾਂ ਉਹ ਕੀ ਕਰਨਗੇ ਉਹ ਸੁਪਰੀਮ ਕੋਰਟ ਦੇ ਵਿੱਚ ਜਾਂ ਜਾਂ ਉਹ ਜਾ ਕੇ ਕੋਰਟ ਦੇ ਵਿੱਚ ਕੀ ਕਰਨਗੇ ਰਿੱਟ ਪਾਉਣਗੇ ਕੋਰਟ ਦੇ ਵਿੱਚ ਜਾ ਕੇ ਰਿੱਟ ਪਾਉਣਗੇ ਉਹ ਕੋਰਟ ਦੇ ਵਿੱਚ ਰਿੱਟ ਪਾ ਕੇ ਕੀ ਕਹਿਣਗੇ ਕਿ ਭਾਈ ਇਹ ਜਿਹੜਾ ਬੰਦਾ ਇਹ ਜਾਲੀ ਲੱਗਿਆ ਹੋਇਆ ਇਹ ਰੈਂਕ ਦਾ ਹੱਕਦਾਰ ਨਹੀਂ ਹੈਗਾ ਜੋ ਸਾਰੀ ਪੈਰਵਾਹੀ ਕਰ ਲਿਆ ਨੂੰ ਪਤਾ ਲੱਗ ਗਿਆ ਭਾਈ ਇਹ ਬੰਦਾ ਜਾਲੀ ਰੱਖਿਆ ਹੋਇਆ ਕੋਈ ਨਾ ਰਿਕਾਰਡ ਨਹੀਂ ਹੈਗਾ ਸਿਰਫ ਸਿੱਧੇ ਰੱਖਿਆ ਹੋਇਆ ਤਾਂ ਸੁਪਰੀਮ ਕੋਰਟ ਕੀ ਕਰੂਗਾ ਇਹ ਇਸ ਇਹ ਇਸ ਅਭਿਅਕਤੀ ਦੀ ਰੈਟ ਤਿਆਰ ਕੀਤੀ ਜਾਂਦੀ ਹੈ ਜੋ ਆਪਣੇ ਪਦ ਦਾ ਹੱਕਦਾਰ ਨਹੀਂ ਹੈ ਪਰ ਉਹ ਕਿਸੇ ਵੱਡੇ ਅਹੁਦੇ ਤੇ ਬੈਠਾ ਹੈ ਉਸ ਨੂੰ ਹਟਾਉਣ ਲਈ ਇਹ ਰੈਟ ਧਾਇਰ ਕੀਤੀ ਜਾਂਦੀ ਹੈ ਉਹ ਕਹਿੰਦਾ ਕਿਉਂ ਬਰਾਟੋ ਕਿਉਂ ਬੈਠਾ ਭਾਈ ਤੂੰ ਇਹਦੇ ਸ਼ੀਟ ਤੇ ਟਰਿਕ ਨਾ ਯਾਦ ਕਰ ਲੋ ਇਹ ਠੀਕ ਹੈ ਹੋਰ ਦੇਖੋ ਧਿਆਨ ਨਾਲ ਪੰਜੀਆਂ ਪੰਜੇ ਡਿੱਟਾਂ ਯਾਦ ਹੋਣੀਆਂ ਚਾਹੀਦੀਆਂ ਜਿਹੜੇ ਤੁਹਾਨੂੰ ਪਾਵਰਾਂ ਲਖਾਈਆਂ ਛੇੜੀਆਂ 6000 ਹੋਣੀਆਂ ਚਾਹੀਦੀਆਂ ਇੱਕ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਇੱਕ ਦੋ ਸੌਖੇ ਤਰੀਕੇ ਨਾਲ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ ਕੋਈ ਵੀ ਉਹ ਵੀ ਪੰਜਾਬੀ ਦੇ ਵਿੱਚ ਠੀਕ ਹੈ ਆਏ ਕਰੋ ਜੇ ਤੁਹਾਨੂੰ ਕੋਈ ਲੱਗਦਾ ਸ਼ੱਕ YouTube ਤੇ ਸਰਚ ਕਰ ਲਓ ਸ਼ਾਇਦ ਕੋਈ ਤੁਹਾਨੂੰ ਦੇ ਦੇ ਪਰ ਬਹੁਤ ਘੱਟ ਚਾਂਸ ਹੈ ਕਿ ਤੁਹਾਨੂੰ ਇਹ ਚੀਜ਼ ਮਿਲੂਗੀ ਓਕੇ ਤਾਂ ਕਰਕੇ ਬੱਚੋ ਬਰੀਆ ਠੱਗ ਨਾ ਪੜੋ ਬਰੀਆ ਕੋਸਣਾ ਕੋਸੀ ਬਣ ਜਾਓਗੇ ਬਰੀਆ ਰਹੋਗੇ ਨਹੀਂ ਮੁੜ ਕੇ ਸਿਰ ਪਤੀ ਜਾਂਦੇ ਬਲਦਣੇ ਪੁੱਛਾਂ ਮੋੜ ਦੇ ਫਿਰੋਗੇ ਹੋਰ ਕੁਝ ਨਹੀਂ ਹੈਗਾ ਇੱਥੇ ਠੀਕ ਹੈ ਬਹਿ ਜਾ ਕਰੋਗੇ ਬਲਦਣੇ ਪੁੱਛਾਂ ਮੋੜ ਤੀ ਕਿਤੇ ਭਜਾ ਲਿਆ ਕਿਤੇ ਹੋਲੀ ਕਰ ਲਿਆ ਇਹ ਜੇ ਕੰਮਾਂ ਚ ਹੀ ਰਹਿ ਜਾਓਗੇ ਇਕੱਲੇ ਹੁਣ ਆਪਣੇ ਕੋਲੇ ਟਾਈਮ ਹੈ ਸਟੱਡੀ ਕਰਨ ਦਾ ਅਹੀ ਮਹੀਨਾ ਦੋ ਮਹੀਨੇ ਦੱਬ ਕੇ ਲਾ ਦੋ ਮੁੜ ਕੇ ਸਾਡੇ ਪਿੰਡ ਵਾਲੇ ਮੱਕੜਾਂ ਗੂ ਤੁਰੇ ਫਿਰੋਗੇ ਮੱਗਰਾਂ ਗੂ ਨੇ ਮੱਕੜਾਂ ਗੂ ਤੁਰੇ ਫਿਰੋਗੇ ਠੀਕ ਹੈ ਤੇ ਬਸ ਇਹੀ ਗੱਲ ਕਰਨੀ ਛੋੜੇ ਨਾਲ ਤੇ 1 ਵਜੇ ਤੁਹਾਨੂੰ ਫੇਰ ਦੱਸਾਂਗਾ ਦੰਦਾ ਜੁਡੀਸ਼ਰੀ ਵਾ ਤੁਹਾਨੂੰ ਦੱਸ ਦੇ ਜੀ ਜੁਡੀਸ਼ਰੀ ਦਾ ਮਤਲਬ ਕੀ ਸੀ ਆ ਸਾਰਾ ਰਿਕਾਰਡ ਆ ਗਿਆ ਜੇ ਸੁਭਾ ਕਰਕੇ ਗਏ ਆ ਕੋਰਟ ਦੇ ਕਿੰਨੇ ਕਿਹੜੇ ਪੋਰਡ ਹੁੰਦੇ ਤਿੰਨ ਕੋਰਟ ਹੁੰਦੀਆਂ ਪੋਰਡਆਂ ਦੇ ਸਭ ਤੋਂ ਤਾਕੜੀ ਸੁਪਰੀਮ ਕੋਰਟ ਦੂਜੇ ਨੰਬਰ ਤੇ ਹਾਈ ਕੋਰਟ ਤਿੱਗੇ ਤੇ ਸੈਸ਼ਨ ਕੋਰਟ ਸੁਪਰੀਮ ਕੋਰਟ ਕਿਹੜੇ ਆਰਟੀਕਲ ਚ ਆਉਂਦੀ ਹੈ ਸੁਪਰੀਮ ਕੋਰਟ ਆਉਂਦੀ ਹੈ 124 ਆਰਟੀਕਲ ਦੇ ਵਿੱਚ ਕਿਦੋਂ ਸਟੈਬਲਿਸ਼ ਕੀਤੀ ਗਈ ਸੀ 1776 ਦੇ ਵਿੱਚ 0 ਕੀ ਰੈਗੂਲੇਟਿੰਗ ਐਕਟ ਪਾਸ ਹੋਇਆ ਸੀ ਦਿੱਲੀ ਹੈ ਜਿਹੜੀ ਭਾਈ ਠੀਕ ਹੈ ਦਿੱਲੀ ਦੇ ਵਿੱਚ ਇਹਨੂੰ 1935 ਦੇ ਵਿੱਚ ਦੇ ਹੁੰਦਾ ਸੀ ਗਵਰਨਰਸ ਐਕਟ ਆਫ 1935 ਦੇ ਅੰਦਰ ਠੀਕ ਹੈ ਜੀ ਸੁਪਰੀਮ ਕੋਰਟ ਕੀ ਸੀ ਸੁਪਰੀਮ ਕੋਰਟ ਜੱਜਾਂ ਨੂੰ ਕੌਣ ਅਪਾਇੰਟ ਕਰਦਾ ਰਾਸ਼ਟਰਪਤੀ ਅਪਾਇੰਟ ਕਰਦਾ ਹੈ ਟੋਟਲ ਜੱਜ ਕਿੰਨੇ ਆ 33 ਜੱਜ ਹੈ ਪਲੱਸ ਇੱਕ ਉਹ ਹੋਰਦਾਗਾ ਸੀਨੀਅਰ ਜਜਾ ਟੋਟਲ 34 ਹੋਗੇ ਜਿਹੜਾ ਅਰਵਿੰਦ ਹੈ ਇਹ ਭਈ 47ਵੇਂ ਨੰਬਰ ਦਾ ਇੱਕ ਨੂੰ ਬੱਚੇ ਕਹ ਰਹੇ ਸਰ ਇਹ ਨਹੀਂ ਹੈਗਾ ਬੱਚਿਓ ਮੈਨੂੰ ਗਏ ਹੈਗਾਗਾ 48ਵੇਂ ਨੰਬਰ ਦਾ ਹੁਣ ਨਵਾਂ ਬਣਿਆਗਾ ਉਹ ਤੁਸੀਂ ਦੱਸੋ ਕਮੈਂਟ ਦੇ ਵਿੱਚ ਕੌਣ ਬਣਿਆਗਾ ਨਹੀਂ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਤੁਸੀਂ ਦੱਸੋ ਕਮੈਂਟ ਦੇ ਵਿੱਚ ਕੌਣ ਬਣਿਆਗਾ ਓਕੇ ਤੇ ਨਹੀਂ ਦੱਸ ਹੀ ਦਿੰਦਾ ਜਿਹੜਾ ਭਾਈ ਹੁਣ ਬਣਿਆ ਉਹਦਾ ਨਾਮ ਹੈਗਾਗਾ ਜਸਟਿਸ ਐਨ ਵੀ ਪਰਮਾਨਾ ਠੀਕ ਹੈ 48ਵੇਂ ਨੰਬਰ ਦਾ ਭਾਈ ਠੀਕ ਹੈ 48ਵੇਂ ਨੰਬਰ ਦਾ ਯਾਦ ਰੱਖਣੀ ਹੈ ਭਾਈ ਇਹਦੀ ਗੱਲ ਠੀਕ ਹੈ ਕਿਨੇ ਅਪਾਇੰਟ ਕੀਤਾ ਇਹਨੂੰ ਪ੍ਰੈਜ਼ੀਡੈਂਟ ਹੀ ਅਪਾਇੰਟ ਕਰਦਾ ਤੇ ਰਾਮਨਾਥ ਕੋਵਿੰਦ ਨੇ ਅਪਾਇੰਟ ਕੀਤਾ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ ਸੁਪਰੀਮ ਕੋਰਟ ਦੇ ਜੱਜਾਂ ਦੀ 65 ਰਿਮੂਵਲ ਪ੍ਰੋਸੈਸ ਬੀਚ ਮਿੰਟ ਕੁਆਲੀਫਿਕੇਸ਼ਨ ਯਾਦ ਕਰ ਲਈ ਕੋਈ ਲੋੜ ਨਹੀਂ ਇਸ ਤੋਂ ਬਾਅਦ ਹਾਈ ਕੋਰਟ 1214 ਕਾਰਟੀਕਲ ਦੇ ਵਿੱਚ ਆ ਗਈ ਠੀਕ ਹੈ ਬਹੁਤ ਜ਼ਿਆਦਾ ਹਾਈ ਕੋਰਟ ਆ ਆਪਣੇ ਕਿੰਨੇ ਕਿੰਗੇ 25 ਆ ਅਮਰਾਵਦੀ ਲੇਟੈਸਟ ਬਣੀ ਐ ਠੀਕ ਹੈ ਇੱਕ ਹਾਈ ਕੋਰਟ ਕੇ ਸਟੇਟਾਂ ਨਹੀਂ ਹੋ ਸਕਦੀ ਐ ਟੋਟਲ ਜੱਜਾਂ ਦੀ ਕੋਈ ਗਿਣਤੀ ਨਹੀਂ ਹੈਗੀ ਠੀਕ ਹੈ ਤਰਖਾ ਯਾਦ ਕਰ ਲਿਓ ਛਿਲ ਵੀ ਹਾਈ ਕੋਰਟ ਪ੍ਰੈਜ਼ੀਡੈਂਟ ਅਪਾਇੰਟ ਕਰਦਾ 60 ਸਾਲ ਉਮਰ ਹੁੰਦੀ ਐ ਠੀਕ ਐ ਆ ਭਈ ਆ ਗਈ ਪਾਵਰਾ ਪਾਵਰਾ ਤੁਹਾਨੂੰ ਦੱਸ ਹੀ ਦਿੱਤੀਆਂ ਸੀ ਕਿਹੜੇ ਕਿਹੜੇ ਦੁਬਾਰਾ ਇੱਕ ਵਾਰੀ ਫੇਰ ਦੇਖ ਲਓ ਇਟ ਇ ਲਿਮਟਿਡ ਐ ਇਹ ਸਿਰਫ ਫੈਂਸ ਲਿਸਨ ਆਊਗੀ ਪਬਲਿਕ ਰਾਈਟ ਆ ਜਾਂ ਕ੍ਰਿਮੀਨਲ ਕੋਈ ਵੀ ਆਪਣੇ ਤੇ ਕੇਸ ਹੁੰਦਾ ਹੈਗਾ ਉਹਦੇ ਵਾਸਤੇ ਆਪਾਂ ਅਪੀਲ ਕਰ ਸਕਦੇ ਆ ਠੀਕ ਐ ਅਪੀ ਇੱਕ ਸਲਾਰੀ ਤਰ੍ਹਾਂ ਵੀ ਕੰਮ ਕਰਦੀ ਹੈ ਸੁਪਰੀਮ ਕੋਰਟ ਇਹ ਆਪਣੇ ਫੰਡਮੈਂਟਲ ਰਾਈਟ ਨੂੰ ਪ੍ਰੋਟੈਕਟ ਕਰਦੀ ਹੈ ਇਹ ਇੱਕ ਕੀ ਹੈ ਮਾਨੀਟਰ ਦੀ ਤਰ੍ਹਾਂ ਕੰਮ ਕਰਦੀ ਹੈ ਹਾਈ ਕੋਰਟ ਉਹ ਪਾਵਰ ਕਿਹੜੀਆਂ origignal judiciary original judiciary ਉਹਦੀ ਜਿਹਦੇ ਵਿੱਚ ਕੀ ਹੁੰਦਾ ਦੇਸ਼ ਦੇ ਪੱਧਰ ਤੇ ਫੈਸਲੇ ਆ ਜਾਂਦੇ ਆ ਅਪੀਲਿੰਗ ਦੇ ਵਿੱਚ ਅੱਗੇ ਆਪਾਂ ਜੀ ਇੱਕ ਕੇਸ ਇੱਕ ਕੋਰਟ ਤੋਂ ਕੇਸ ਅਰਗੇ ਦੂਜੀ ਚ ਕਰ ਸਕਦੇ ਆ ਅਪੀਲ ਰੈਟਾ ਰੈਟਾ ਵਾਰੀ ਤੁਹਾਨੂੰ ਪੰਜੇ ਪੰਜਾ ਰੈਟਾ ਦੱਸਦੀਆਂ ਰਿਵਿਊ ਕੀ ਮਤਲਬ ਜਿਹੜੀ ਹੈ ਸੁਪਰੀਮ ਕੋਰਟ ਆ ਉਹ ਹਾਈ ਕੋਰਟ ਦਾ ਸਿਸਟਮ ਦੇਖ ਸਕਦੀ ਹੈ ਕਾਉਟ ਆਫ ਰਿਕਾਰਡ ਸੁਪਰੀਮ ਕੋਰਟ ਛੋਟੇ ਕੋਰਟਾਂ ਦਾ ਹਾਈ ਕੋਰਟਾਂ ਦਾ ਰਿਕਾਰ ਐਡਵਾਈਜ਼ਰੀ ਜੁਡੀਸ਼ਰੀ ਕਿਹੜੀ ਹੁੰਦੀ ਹੈ ਸੁਪਰੀਮ ਕੋਰਟ ਕਿਸੇ ਵੀ ਕੋਰਟ ਨੂੰ ਸਲਾਹ ਦੇ ਸਕਦੇ ਐਡਵਾਈਜ਼ਮੈਂ ਨੇ ਰਿਟਾ ਤੈਨਾਂ ਹੈਬਸ ਕੋਰਪਸ ਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਬੰਦੇ ਨੂੰ ਹਾਜ਼ਰ ਕਰਨਾ ਹੁੰਦਾ ਮੈਂਡਾ ਵਾਸ ਦੇ ਵਿੱਚ ਕੋਈ ਬੰਦਾ ਆਪਣੀ ਨਹੀਂ ਗੱਲ ਸੁਣਦਾ ਬੜੀ ਉੱਚ ਸਰਕਾਰੀ ਅਹੁਦੇ ਤੇ ਬੈਠ ਕੇ ਤਾਂ ਆਪਾਂ ਕਿਹੜੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰ ਸਕਦੇ ਤੇ ਉਹ ਰਿਟੇ ਮੈਂਡਾ ਵਾਸ ਰਿਟ ਦਾਇਰ ਕਰਨਗੇ ਪ੍ਰੋਵੀਜ਼ਨ ਪ੍ਰੋਵੀਜ਼ਨ ਦਾ ਮਤਲਬ ਇਹ ਹੈ ਕਿ ਕੰਮ ਤਾਂ ਹੈਗਾ ਸੁਪਰੀਮ ਕੋਰਟ ਦਾ ਪੰਗੇ ਉੱਥੇ ਕੌਣ ਲਈ ਜਾਂਦੀ ਹੈ ਹਾਈ ਕੋਰਟ ਤਾਂ ਉੱਥੇ ਸੁਪਰੀਮ ਕੋਰਟ ਰਿਟ ਦਾਇਰ ਕਰੂਗੀ ਪ੍ਰੋਵੀਜ਼ਨ ਰਿਟ ਆਫ ਸੈਰੀਟੋਰੀ ਜ ਤੇ ਹਾਈ ਕੋਰਟ ਕੋਲੇ ਵਾਧਾ ਤਾਂ ਸੁਪਰੀਮ ਕੋਰਟ ਕੋ ਹੋਊਗੀ ਬਈ ਹਾਈ ਕੋਰਟ ਵਾਲਿਆਂ ਨੂੰ ਕਿ ਤੁਸੀਂ ਆਪਦੇ ਅੱਦੇ ਕੇਸਾਂ ਨੂੰ ਦੇ ਸਕਦੇ ਹੋ ਕਯੂ ਬਰਾਡਰ ਕਯੂ ਬਰਾਡਰ ਦਾ ਮਤਲਬ ਤੁਸਕੇ ਗਿਆਗਾ ਕੋਈ ਬੰਦਾ ਸਪਾਰਸ਼ੀ ਬੈਠਾ ਉਹਦੇ ਦੇ ਜਿਹੜੇ ਉਹਦੇ ਦਾ ਹੱਕਦਾਰ ਨਹੀਂ ਹੈਗਾ ਤਾਂ ਉਹਨੂੰ ਕੀ ਕਹਾਂਗੇ ਆਪਾਂ ਕਯੂ ਬਰਾਡਰ ਡੈਟ ਤੈਰੀ ਕਰੂਗੀ ਇੱਕ ਤਾਂ ਗੱਲ ਇਹ ਸਮਝਣੀ ਹੈ ਇੱਕ ਗੱਲ ਹੋਰ ਦੇਖੋ ਇਹ ਗੱਲ ਸਮਝਣ ਵਾਲੀ ਕੀ ਗੱਲ ਹੈ ਦੇਖੋ ਜਿਹੜੀ ਰਿਕਾਰਡ ਆ ਪੁੱਤਰ ਜਿਹੜੀ ਰਿਕਾਰਡ ਹੈ ਉਹ ਸੁਪਰੀਮ ਕੋਰਟ ਦੇਖ ਸਕਦੇ ਆ ਕਿਦੇ ਹਾਈ ਕੋਰਟ ਦੇ ਪਰ ਹਾਈ ਕੋਰਟ ਸੁਪਰੀਮ ਕੋਰਟ ਦੇ ਰਿਕਾਰਡ ਨਹੀਂ ਦੇਖ ਸਕਦੀ ਪਰ ਜਿਹੜੀ ਹਾਈ ਕੋਰਟ ਹੈ ਔਰ ਡਿਸਟ੍ਰਿਕਟ ਕੋਰਟ ਦੇ ਰਿਕਾਰਡ ਦੇ ਸਕਦੀ ਹੈ ਠੀਕ ਹੈ ਜਿਹੜੀ ਹਾਈ ਕੋਰਟ ਹੈ ਉਹ ਡਿਸਟ੍ਰਿਕਟ ਕੋਰਟ ਦੇ ਰਿਕਾਰਡ ਦੇ ਸਕਦੀ ਹੈ ਉਵੇਂ ਜਿਵੇਂ ਜਿਹੜੀ ਹਾਈ ਕੋਰਟ ਹੈ ਸੁਪਰੀਮ ਕੋਰਟ ਹਾਈ ਕੋਰਟ ਨੂੰ ਸਲਾਹ ਦੇ ਸਕਦੀ ਹੈ ਪਰ ਹਾਈ ਕੋਰਟ ਸੁਪਰੀਮ ਕੋਰਟ ਨੂੰ ਸਲਾਹ ਨਹੀਂ ਦੇ ਸਕਦੀ ਪਰ ਜਿਹੜੀ ਹਾਈ ਕੋਰਟ ਹੁੰਦੀ ਹੈ ਡਿਸਟ੍ਰਿਕਟ ਕੋਰਟ ਨੂੰ ਸਲਾਹ ਦੇ ਸਕਦੀ ਹੈ ਠੀਕ ਹੈ ਜਿਹੜੇ ਜਿਹੜੇ ਹੁਕਮ ਸੁਪਰੀਮ ਕੋਰਟ ਹਾਈ ਕੋਰਟ ਤੇ ਦਾਇਰ ਕਰਦੀ ਹੈ ਉਹੀ ਉਹੀ ਹੁਕਮ ਹਾਈ ਕੋਰਟ ਡਿਸਟ੍ਰਿਕਟ ਕੋਰਟ ਲਾਗੂ ਕਰੂ ਕਿਉਂਕਿ ਡਿਸਟ੍ਰਿਕਟ ਕੋਰਟ ਛੋਟਾ ਹੁੰਦਾ ਸਭ ਤੋਂ ਉਹਦੇ ਹਾਈ ਕੋਰਟ ਦੀ ਪਾਵਰ ਚਲਦੀ ਹੁੰਦੀ ਹੈ ਕਿ ਸੁਪਰੀਮ ਕੋਰਟ ਤੇ ਚਲਦੀ ਹੁੰਦੀ ਹੈ ਜਿਹੜਾ ਸੁਪਰੀਮ ਕੋਰਟ ਹੁੰਦਾ ਉਹ ਸਾਰਿਆਂ ਨੂੰ ਚਲਾਉਂਦਾ ਹਾਈ ਕੋਰਟ ਹਾਈ ਸੁਪਰੀਮ ਕੋਰਟ ਸਭ ਤੋਂ ਵੱਡਾ ਕੋਰਟ ਹੈ ਓਕੇ ਇਸ ਤੋਂ ਵੱਧ ਭਾਈ ਮੈਂ ਕੁਝ ਨਹੀਂ ਕਰਵਾ ਸਕਦਾ ਠੀਕ ਹੈ ਇੱਕ ਵਾਰੀ ਵੀਡੀਓ ਦੀ ਨਿਗਾਹ ਮਾਰ ਲਿਓ ਧਿਆਨ ਨਾਲ ਤੇ ਲੈਕਚਰ ਚੰਗੀ ਤਰ੍ਹਾਂ ਲਾ ਲਿਆ ਕਰੋ ਭਾਈ ਠੀਕ ਹੈ ਗਰੁੱਪ ਦੇ ਵਿੱਚ ਐਡ ਤਾਂ ਹੋਈ ਬੈਠੇ 6 6000 ਜਣੇ ਜੂ ਘਟਾ ਰਹੇ ਨੇ ਪੇਪਰ ਸਰਤੇ ਆਇਆ ਪਿਆ ਹੈ ਜਦ ਚੁੰਨੇ ਦੇ ਵਿੱਚ ਦੱਕੀ ਲਾਉਂਦੇ ਤਰੇ ਫਿਰਦੇ ਬੰਦਰੋਂ ਪੜ ਲਿਆ ਕਰੋ ਮੁਰਕੇ ਸਾਡੇ ਪਿੰਡ ਵਾਲੇ ਕੋਈ ਮੱਝਾਂ ਦੇ ਪੁੱਛਾਂ ਮਰੋੜਦੇ ਫਿਰੋਂਗੇ ਉਹਦਾ ਵੀ ਇਹੀ ਕੰਮ ਸੀ ਬਹੁਤ ਸਮਝਾਇਆ ਸੀ ਉਹਨੂੰ ਹੁਣ ਆ ਕੇ ਪਰਸੋ ਜੇ ਕਹਿੰਦਾ ਜੀ ਕਿਆਜੀ ਸ਼ੁਰੂ ਕਰ ਲਾਂ ਮੈਂ ਕਰ ਲਾਂ ਵੀ ਮਰਜ਼ੀ ਹੈ ਤੇਰੀ ਦੋਕ ਦਿਨ ਚੱਕਿਆ ਕਹਿੰਦਾ ਮੈਂ ਕਹਿੰਦਾ ਦਿਮਾਗ 'ਚ ਨਹੀਂ ਪੈਂਦਾ ਕੁਛ ਠੀਕ ਹੈ ਤਾਂ ਕਰਕੇ ਹੋਟਾੜੀ ਉਮਰੇਗੀ ਯਾਦ ਕੈਪੈਸਿਟੀ ਬਹੁਤ ਹੈ ਮੁਰਕੇ ਚੀਜ਼ਾਂ ਨੱਖ ਰੱਖ ਭੁੱਲੀ ਜਾਉਂਗੇ ਤੇ ਠੀਕ ਹੈ ਪੁੱਤਰੋ ਜਉਂਦੇ ਵਾਦੇ ਦੋ ਤੇ ਵੀ ਲੈਕਚਰ ਚੰਗੀ ਤਰ੍ਹਾਂ ਲਾ ਲਿਓ